ਸ਼ਾਮਾਂਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੌਰਨ ਸਿੰਘ ਦਾਣੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਅੱਜ ਦਿਨ ਹੈ ਜੀ ਸੋਮਵਾਰ 31 ਜਨਵਰੀ ਸਮਾਂ ਸ਼ਾਮ ਦੇ 6:30 ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਤ੍ਰਿਪਤੀਪਾਲ ਸਿੰਘ ਹੋਰਾਂ ਨੇ ਸਟਾਕਟਨ ਤੋਂ ਸਤਿ ਅਦਾਰ ਕਲਤਾਰ ਸਿੰਘ ਸੰਘੇੜਾ ਹੋ ਰਹੇ ਨੇ ਸਰੀ ਵੈਂਕੂਵਰ ਤੋਂ ਜਗਜੀਤ ਸਿੰਘ ਲੰਡਨ ਵੱਲੋਂ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਗਿਆ ਸੋ ਰੇਡੀਓ ਪੰਜਾਬ ਟੁਡੇ ਹਮੇਸ਼ਾ ਉਹਨਾਂ ਦਾ ਰਣੀ ਰਹੇਗਾ ਜਿਹੜੇ ਵੀ ਵੀਰ ਸਾਨੂੰ ਸਪੋਰਟ ਕਰਦੇ ਨੇ ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਟੈਕਸਸ ਵੀਨਰ ਟੈਕਸਸ ਦੀਆਂ ਸਵਾਲਾਂ ਲਈ ਤੁਸੀਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253520886 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਹੈ ਜੀ ਇਹਨਾਂ ਦੀ 24915104 ਐਵੇਨਿਊ ਕੈਂਟ ਵਿਸ਼ਿੰਗਟਨ ਦੇ ਵਿੱਚ ਮੱਖਣਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਖਾਣਾ ਮੰਗਾ ਵੀ ਸਕਦੇ ਹੋ ਡਾਈਨ ਇਨ ਵੀ ਕਰ ਸਕਦੇ ਹੋ ਜਾਂ ਫਿਰ ਕੈਟਰਿੰਗ ਵੀ ਕਰਵਾ ਸਕਦੇ ਹੋ ਕੈਂਟ ਦੇ ਵਿੱਚ ਲੋਕੇਸ਼ਨ ਹੈ ਜੀ 104 ਐਵੇਨਿਊ ਤੇ 23609 ਫੋਨ ਨੰਬਰ ਹੈ 2063531699 ਤੇ 2532467296 ਰੀਪੇਅਰ ਦੀ ਰਿਪੇਅਰ ਦੇ ਲਈ ਮਸ਼ਹੂਰ ਨੇ ਜੀ ਮਾਲਵਾ ਟਰੱਕ ਲੈਣੇ ਟ੍ਰੇਲਰ ਰਿਪੇਅਰ ਸਰਵਿਸ ਮਨਸਰ ਦੇ ਵਿੱਚ ਲੋਕੇਸ਼ਨ ਇਹਨਾਂ ਦੀ ਰੈ residancy ਰੋਡ ਤੇ 10224 ਫੋਨ ਨੰਬਰ 804372880 ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਡੀਓਟੀ ਸੇਫਟੀ ਤੋਂ ਲੈ ਕੇ ਆਇਲ ਚੇਂਜ ਡੈਫ ਕਲੀਨਿੰਗ ਤਮਾਮ ਕੰਮ ਕਰਦੇ ਨੇ ਬ੍ਰੈਂਡ ਨਿਊ ਤੇ ਯੂਸ ਟਾਇਰ ਰਣੇ ਇਹਨਾਂ ਕੋਲੇ ਪਰਮਜਾ ਜੱਸੀ ਨੂੰ ਕਾਲ ਕਰ ਸਕਦੇ ਹੋ 3179797205 ਜਾਂ 66120458183 ਲੋਕੇਸ਼ਨ ਇਹਨਾਂ ਦੀ ਇੰਡੀਅਨ ਐਪਲੈਸਟ ਹੈ ਜੀ 1315 ਵੈਸਟਰਨ ਅਨਾਵੀਨਿਊ ਤੇ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਦੇ ਲਈ ਹਮੇਸ਼ਾ ਯਾਦ ਰੱਖੋ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਨੂੰ 408700377100 ਦੇ ਉੱਤੇ 4087377900 ਦੇ ਉੱਤੇ ਅਪਾਇੰਟਮੈਂਟ ਬਣਾਓ ਜੀ ਹਰ ਤਰ੍ਹਾਂ ਦੀ ਕੰਸਟ੍ਰਕਸ਼ਨ ਦੇ ਲਈ ਯਾਦ ਰੱਖੋ ਗੁਰਵਿੰਦਰ ਗਰੇਵਾਲ ਨੂੰ ਸ਼ਟਲ ਤੇ ਨੇਰੇ ਤੇਰੇ ਵਾਸ਼ਿੰਗਟਨ ਸਟੇਟ ਦੇ ਵਿੱਚ ਕੰਸਟਰਕਸ਼ਨ ਕਰਾਉਣੀ ਹੈ bizness ਬਣਾਉਣਾ ਹੈ ਐਡੀਸ਼ਨ ਕਰਾਉਣੀ ਹੈ ਜਾਂ ਫਿਰ ਕੋਈ ਹੋਰ ਕੰਮ ਕਰਾਉਣਾ 2069415454 ਤੇ ਕਾਲ ਕਰੋ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਬੱਚਿਆਂ ਦਾ ਵੱਧ ਸਮਾਂ ਬਤੀਤ ਕਰਨਾ ਹੈ ਤਾਂ ਹਮੇਸ਼ਾ ਵਾਸ਼ਿੰਗਟਨ ਫਰੇਟ ਸਰਵਿਸ ਜੋ ਆਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਸੈਟਲ ਦੇ ਵਿੱਚ ਗੁਰਿੰਦਰ ਧਾਲੀਵਾਲ ਉਹਨਾਂ ਦੇ ਨਾਲ 2063544060 ਤੇ ਜਗਦੇਵ ਸੰਧੂ ਹਰਨ ਨਾਲ 253266924 ਤੇ ਕਾਲ ਕਰੋ ਟੈਲੀਸਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟੈਲੀਸਬ ਖਬਰਾਂ ਤਾਂ ਅੱਜ ਸਾਰੀਆਂ ਬਹੁਤ ਇੰਪੋਰਟੈਂਟ ਨੇ ਪਰ ਸਭ ਤੋਂ ਪਹਿਲਾਂ ਜਿਹੜੀ ਕੱਲ੍ਹ ਸਥਿਤੀ ਬਣੀ ਰਹੀ ਹੈ ਪੰਜਾਬ ਦੇ ਵਿੱਚ ਤਣਾਅਪੂਰਨ ਡੇਰਾ ਸਰਸੇ ਵਾਲਾ ਜਿਹੜਾ ਹੈਗਾ ਸਜਾ ਯਾਫਤਾ ਰਾ ਗੁਰਮੀਤ ਸਿੰਘ ਜਿਹਨੂੰ ਰਾਮ ਰਹੀਮ ਨਾਲ ਜਾਣਿਆ ਜਾਂਦਾ ਉਹਨੇ ਆਪਦੀ ਵਰਚੁਅਲ ਸਤਸੰਗ ਕੀਤੀ ਪੰਜਾਬ ਦੇ ਵਿੱਚ ਤਣਾਅ ਪੈਦਾ ਕਰਤਾ ਕੀ ਉਹ ਸਾਰਾ ਕੰਮ ਪੈਰੋਲ ਤੇ ਆ ਕੇ ਕਰ ਸਕਦਾ ਦੇਖੋ ਗੱਲ ਇਹ ਕਿ ਪੈਰੋਲ ਤੇ ਉੱਤੇ ਪੰਜਾਬ ਵੱਲੋਂ ਤਾਂ ਪੈਰੋਲ ਦਿੱਤੀ ਨਹੀਂ ਗਈ ਉਹਨੂੰ ਪੈਰੋਲ ਦਿੱਤੀ ਉਹਨੂੰ ਹਰਿਆਣਾ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਪਹਿਲੀ ਵਾਰ ਨਹੀਂ ਦਿੱਤੀ ਕਈ ਪੈਰੋਲਾ ਉਹਨੂੰ ਮਿਲ ਚੁੱਕੇ ਫਰ ਲੋ ਮਿਲ ਚੁੱਕੇ ਜੇ ਸਰਕਾਰ ਦੀ ਮਰਜ਼ੀ ਹੋਵੇ ਤਾਂ ਉਹ ਬੰਦੇ ਨੂੰ ਰੋਕਿਆ ਜਾ ਸਕਦਾ ਹੈ ਕਿ ਤੈਨੂੰ ਇਸ ਮਕਸਦ ਵਾਸਤੇ ਨਹੀਂ ਸੀ ਦਿੱਤੀ ਪੈਰੋਲ ਤੂੰ ਆਪਣੇ ਪਾਈ ਜਿਹੜੇ ਕੰਮ ਵਾਸਤੇ ਆਇਆ ਉਹ ਕਰ। ਬੈਸੇ ਐਤਕੀ ਜਿਹੜੀ ਉਹਨੇ ਪੈਰੋਲ ਲਈ ਹੈ ਉਹ ਪੈਰੋਲ ਉਹਨੇ ਲਈ ਹੈ ਕਿਸ ਮੇਰੇ ਗਰੂਪ ਸ਼ਾ ਸਤਨਾਮ। ਹੂੰ ਹੂੰ। ਤੁਹਾਨੂੰ ਪਤਾ ਵੀ ਇਹ ਜਿਹੜਾ ਡੇਰਾ ਹੈ ਇਹ ਡੇਰਾ ਜਿਸ ਬਲੂਚੀ ਸੰਤ ਨੇ ਜਿਹਨੇ ਬੁਨਿਆਦ ਰੱਖੀ ਸੀ ਇਹ ਬਣਾਇਆ ਸੀ ਉਹਦਾ ਨਾਮ ਸੀ ਸ਼ਾ ਮਸਤਾਨਾ। ਜੀ। ਉਸ ਤੋਂ ਬਾਅਦ ਉਹਦਾ ਚੇਲਾ ਬਣ ਗਿਆ ਸਤਨਾਮ ਸਿੰਘ। ਹੂੰ। ਉਹਨੇ ਆਪਣਾ ਨਾਮ ਰੱਖ ਲਿਆ ਸੀ ਸ਼ਾ ਸਤਨਾਮ। ਜੀ। ਸ਼ਾਹ ਸਤਨਾਮ ਦਾ ਚੇਲਾ ਜਾਂ ਉਹਦਾ ਗੱਦੀ ਨਿਸ਼ੀਨ ਹੈਗਾ ਗੁਰਮੀਤ ਇਹ ਤਾਂ ਫਿਰ ਬੜਾ ਲੰਮਾ ਚੌੜਾ ਨਹੀਂ ਤੀਜੀ ਪੀੜੀ ਨਹੀਂ ਨਹੀਂ ਬੜਾ ਤੀਜੀ ਪੀੜੀ ਹੈ ਬਹੁਤਾਂ ਲੰਮਾ ਚੌੜਾ ਨਹੀਂ ਤੀਜੀ ਪੀੜੀ ਹੈ ਇਹ ਲੰਮਾ ਚੌੜਾ ਜਿਹੜਾ ਹੈਗਾ ਉਹ ਡੇਰਾ ਬਿਆਸ ਵਾਲਾ ਬਿਆਸ ਅੱਛਾ ਇਹ ਸ਼ਾਹ ਸਤਨਾਮ ਮਸਤਾਨਾ ਜਿਹੜਾ ਹੈ ਉਹ ਵੀ ਡੇਰਾ ਬਿਆਸ ਵਾਲੇ ਨਾਲ ਹੀ ਸੰਬੰਧਤ ਹੁੰਦਾ ਸੀ ਉੱਥੋਂ ਹੀ ਕਿਤੇ ਫਿਰਦਾ ਥੁਰਦਾ ਹੈ ਇਸ ਪਾਸੇ ਨੂੰ ਆ ਗਿਆ ਤੇ ਇਧਰ ਆ ਕੇ ਉਹ ਵੈਸੇ ਰੋਹਾਨੀਅਤ ਨਾਲ ਜੁੜਿਆ ਹੋਇਆ ਬੰਦਾ ਸੀ ਹੂੰ ਹੂੰ ਇਹੀ ਕਾਰਨ ਹੈ ਕਿ ਪੈਰ ਲਾਗੇ ਤੇ ਐਡਾ ਵੱਡਾ ਸਾਮਰਾਜ ਖੜਾ ਹੋ ਗਿਆ ਬਾਅਦ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਅੱਜ ਕ ਉਹ ਤਾਂ ਕਾਰਪੋਰੇਟ ਪਲੇ ਨਾ ਤੇ ਚੱਲ ਰਿਹਾ ਹੂੰ ਹੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸੋ ਸ਼ਾ ਸਤਨਾਮ ਹੈ ਜਿਹੜਾ ਉਹਦਾ ਜਨਮ ਦਿਨ ਸੀ ਹੂੰ ਜਨਮ ਦਿਨ ਉਹਦਾ ਲੰਘ ਚੁੱਕਿਆ ਜੀ ਉਹੀ ਇਹਨੇ ਪੈਰੋਲ ਲਈ ਸੀ ਹੂੰ ਹੂੰ ਕਿਹਾ ਬਹਾਨਾ ਹੁਣ ਇਹ ਬਣਾਇਆ ਹੈ ਕਿ ਸਿਰਸੇ ਦੇ ਵਿੱਚ ਜਿਹੜਾ ਜਿੱਦਨ ਜਨਮ ਦਿਨ ਸੀ ਜਿਹੜੀ ਉੱਥੇ ਇਕੱਤਰਤਾ ਹੋਈ ਹੈ ਜੀ ਇਕੱਠ ਹੋਇਆ ਉਹ ਇਕੱਠ ਬਹੁਤ ਜ਼ਿਆਦਾ ਸੀ ਹੂੰ ਹੂੰ ਉੱਥੇ ਬਹੁਤ ਸਾਰੀਆਂ ਸਟੇਟਾਂ ਦੇ ਕਹਿੰਦੇ ਲੋਕ ਰਹਿਗੇ ਆ ਨਹੀਂ ਸਕੇ ਹੂੰ ਹੂੰ ਉਹਨਾਂ ਨੂੰ ਇਹ ਇਹ ਡੇਰਾ ਮੁਖੀ ਦਾ ਕਹਿਣਾ ਕਿ ਉਹਨਾਂ ਨੂੰ ਪ੍ਰਬੰਧਕਾਂ ਨੇ ਰੋਕਤਾ ਸੀ ਜੀ ਕਿ ਤੁਸੀਂ ਨਾ ਆਇਓ ਤੁਹਾਡੇ ਕੋਲੇ ਮਤਲਬ ਜਿਹੜਾ ਹੈਗਾ ਡੇਰੇ ਚ ਤਾਂ ਥਾਂ ਹੀ ਨਹੀਂ ਹੂੰ ਹੂੰ ਫਿਰ ਕਹਿੰਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਮੈਨੂੰ ਜੀ ਵੀ ਅਸੀਂ ਤਾਂ satsang ਤੋਂ ਰਹਿ ਗਈ ਹੂੰ ਤੇ ਮੈਂ ਉਹਨਾਂ ਨੂੰ ਕਹਿੰਦਾ ਚਲੋ ਕੋਈ ਠੀਕ ਨਹੀਂ ਤੁਸੀਂ ਆਪੋ ਆਪਣੇ ਡੇਰੇ ਚ ਚਲੋ ਤੇ ਆਪਾਂ satsang ਉੱਥੇ ਹੀ ਕਰ ਲਾਂਗੇ ਹੂੰ ਹੂੰ ਉੱਥੋਂ ਫਿਰ ਇਹਨੇ ਵਰਚੁਅਲ ਜਿਹੜੀ ਹੈਗੀ ਆਪਣੀ satsang ਕੀਤੀ ਹੂੰ ਤੇ ਉਹ satsang ਦਾ ਦੇਖਿਆ ਹਿਸਾਬ ਕਿਤਾਬ ਵੀ ਉਹਨੇ ਗੀਤ ਵਗੈਰਾ ਵੀ ਗਾਏ ਹੈ ਅੱਛਾ ਆਪ ਦੇ ਹਿਸਾਬ ਕਿਤਾਬ ਦੇ ਵਿੱਚ ਪਰ ਸਵਾਲ ਵੱਡਾ ਇਹ ਹੁੰਦਾ ਕਿ ਸਰਕਾਰ हरियाणा वाली सरकार ਤਾਂ ਭਾਵੇਂ ਨਾ ਰੋਕੇ ਹੂੰ ਹੂੰ ਜਦੋਂ ਹਾਲਾਤ ਖਰਾਬ ਹੁੰਦੇ ਦਿਖਦੇ ਹੋਣ ਤੇ ਪੰਜਾਬ ਤਾਂ ਪੰਜਾਬ ਵਾਲੀ ਸਰਕਾਰ ਉਹ ਰੋਕ ਸਕਦੀ ਸੀ ਹੂੰ ਦਾ ਫੈਕਟ 143 ਲਾਇਆ ਜਾ ਸਕਦਾ ਸੀ ਹੂੰ ਹੂੰ 143 ਲਾ ਕੇ ਬੰਦਸ਼ ਲਈ ਜਾ ਸਕਦੀ ਸੀ ਕਿ ਭਾਈ ਇਸ ਜਗ੍ਹਾ ਤੇ ਇਕੱਠੇ ਨਾ ਹੋਵੋ ਹੂੰ ਹੂੰ ਵੈਸੇ ਕਿਸੇ ਵੀ ਧਾਰਮਿਕ ਅਦਾਰੇ ਦੇ ਉੱਤੇ ਇਸ ਤਰ੍ਹਾਂ ਲਾਉਣੀ ਨਹੀਂ ਚਾਹੀਦੀ ਅਸੀਂ ਇਹਦੇ ਹੱਕ 'ਚ ਨਹੀਂ ਹੂੰ ਹੂੰ ਪਰ ਇਹ ਧਾਰਮਿਕ ਨਹੀਂ ਹੈਗਾ ਡੈਮੋਕ੍ਰੇਸੀ ਦੇ ਅਲਾਉ ਨਹੀਂ ਕਰਦੀ ਨਹੀਂ ਇਹ ਧਾਰਮਿਕ ਨਾ ਵੀ ਹੋਵੇ ਚਲੋ ਧਾਰਮਿਕ ਉਹਨਾਂ ਦੇ ਮੁਤਾਬਕ ਤਾਂ ਧਰਮ ਕਹਿੰਦੇ ਨਾ ਹੂੰ 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 ਆਪਾਂ ਧਾਰਮਿਕ ਨਹੀਂ ਕਹਿੰਦੇ ਲੇਕਿਨ ਜਿੱਥੇ ਸਿਚੁਏਸ਼ਨ ਪਹਿਲਾਂ ਹੀ ਖਰਾਬ ਹੋਈ ਹੋਵੇ ਜੀ ਆਪਾਂ ਯਾਦ ਕਰੋ ਤੁਸੀਂ ਉਹ ਟਾਈਮ ਹੂੰ ਹੂੰ 2007 ਦੇ ਵਿੱਚ ਜਦੋਂ ਇਸੇ ਡੇਰੇ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਜਾਮੇ ਇਨਸਾਨ ਵਾਲਾ ਮਾਮਲਾ ਤਾਂ ਪਹਿਲਾਂ ਵੀ ਚੱਲਦਾ ਸੀ ਪਹਿਲਾਂ ਵੀ ਚੱਲਦਾ ਸੀ ਪਰ ਉਹਨਾਂ ਨੇ ਪੰਜਾਬ ਆ ਕੇ ਚਲਾਇਆ ਕੰਮ ਪਰ ਜਦੋਂ ਪੰਜਾਬ ਆ ਕੇ ਚਲਾਇਆ ਉਹਦੀ ਪਬਲਿਸਿਟੀ ਉਹ ਤੋਂ ਪਹਿਲਾਂ ਨਹੀਂ ਸੀ ਹੋਈ ਹੂੰ ਹੂੰ ਫਿਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਹੂੰ ਹੂੰ ਹਿੰਦੁਸਤਾਨ ਟਾਈਮਜ਼ ਅੰਗਰੇਜ਼ੀ ਦਾ ਅਖਬਾਰ ਅਜੀਤ ਪੰਜਾਬੀ ਦਾ ਅਖਬਾਰ ਇਹਨਾਂ 'ਚ ਫੁੱਲ ਪੇਜ ਦੇ ਇਸ਼ਤਿਹਾਰ ਦਿੱਤੇ ਸੀ ਹੂੰ ਹੂੰ ਉਸ ਤਿਹਾਰਾਂ ਦੇ ਪ੍ਰਕਾਸ਼ ਹੋਣ ਤੋਂ ਬਾਅਦ ਹੀ ਗੜਬੜ ਹੋਈ ਹਮ ਹਮ ਬਠਿੰਡੇ ਦੇ ਵਿੱਚ ਹੀ ਸਭ ਤੋਂ ਪਹਿਲਾਂ ਸਿੱਖਾਂ ਨੇ ਪ੍ਰੋਟੈਸਟ ਕੀਤਾ ਹਮ ਹਮ ਉਸ ਪ੍ਰੋਟੈਸਟ ਦੇ ਦੌਰਾਨ ਸਿੱਖਾਂ ਨੇ ਜਦੋਂ ਡੇਰਾ ਮੁਖੀ ਦੀ ਅਰਥੀ ਸਾੜਨੀ ਚਾਹੀ ਜੀ ਤਾਂ ਡੇਰਾ ਮੁਖੀ ਦੇ ਜਿਹੜੇ ਚੇਲੇ ਬਲਕੇ ਸੀ ਉਹਨਾਂ ਨੇ ਆ ਕੇ ਵਿਰੋਧ ਕੀਤਾ ਹਮ ਹਮ ਇੱਥੇ ਟਕਰਾਅ ਹੋਇਆ ਟਕਰਾਅ ਹੋਣ ਦਾ ਨਤੀਜਾ ਇਹ ਹੋਇਆ ਕਿ ਇੱਕ ਐਫ ਆਈ ਆਰ ਦਰਜ ਹੋਈ ਜੀ ਉਸ ਐਫ ਆਈ ਆਰ ਦੇ ਵਿਰੋਧ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਜਿਹੜਾ ਹੈਗਾ ਆਪਣਾ ਸਰਕਟ ਹਾਊਸ ਵਾਲਾ ਚੌਕ ਇੱਥੇ ਇੱਕ ਵੱਡਾ ਤੋੜ ਪਨ ਗਿਆ ਜਾਮ ਲਾਤਾ ਹਮ ਹਮ ਇੱਥੇ ਇੱਕ ਵੱਡਾ ਧਰਨਾ ਲਾਤਾ ਔਰ ਉਸ ਧਰਨੇ ਨੂੰ ਜਦੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੇਲੇ ਤੁਸੀਂ ਯਾਦ ਕਰੋ ਫਿਰ ਇੱਥੇ ਕਾਫੀ ਪੰਨ ਤੋੜ ਹੋਈ ਸੀ ਹੂੰ ਹੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਤੁਹਾਡਾ ਨੁਕਸਾਨ ਹੋਇਆ ਹੈਗਾ ਦੀ ਪੰਨ ਤੋੜ ਹੋਈ ਬੰਦਿਆਂ ਦੇ ਵੀ ਕੁਝ ਪੱਤਰਕਾਰਾਂ ਦੇ ਸੱਟਾਂ ਵੀ ਲੱਗੀਆਂ ਸੀ ਅਕਸਰਾਂ ਦੇ ਵੀ ਲੱਗੀਆਂ ਸੀ ਅਕਸਰਾਂ ਦੇ ਵੀ ਲੱਗੀਆਂ ਸੀ ਤੇ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ 3000 ਬੰਦਿਆਂ ਦੇ ਖਿਲਾਫ ਇੱਕ ਖੁੱਲੀ ਐਫ ਆਈ ਆਰ ਦਰਜ ਹੋਈ ਸੀ ਹੂੰ ਹੂੰ ਤੇ ਉਹਦੀ ਫੜੋ ਫੜੀ ਸ਼ੁਰੂ ਹੋ ਗਈ ਸੀ ਜੀ ਔਰ ਬਹੁਤ ਸਾਰੇ ਜਿਹੜੇ ਹੈਗੇ ਪ੍ਰੇਮੀ ਜਿਹੜੇ ਜਜ਼ਬਾਤੀ ਤੌਰ ਤੇ ਨਾਲ ਜੁੜੇ ਸੀ ਉਹਨਾਂ ਨੇ ਖੁਦਕਸ਼ੀ ਖੁਦਕਸ਼ੀ ਕਰਨੀ ਸ਼ੁਰੂ ਆਪਾਂ ਸਾਰਾ ਕੁਝ ਦੇਖਿਆ ਤੇ ਜਦੋਂ ਉਹਨਾਂ ਨੇ ਖੁਦਕਸ਼ੀਆਂ ਕੀਤੀਆਂ ਸੀ ਉਹਨਾਂ ਦੇ ਭੋਗਾਂ ਦੇ ਉੱਤੇ ਜਾਂ ਜਿਹੜੀ ਉਹਨਾਂ ਦੀ ਅੰਤਮ ਅਰਦਾਸ ਹੁੰਦੀ ਸੀ ਉੱਥੇ ਆਉਂਦੇ ਹੁੰਦੇ ਸੀ ਤੇ ਉੱਥੋਂ ਉਹਨਾਂ ਦੇ ਲੀਡਰਾਂ ਨੂੰ ਫੜ-ਫੜ ਕੇ ਲਿਆਂਦਾ ਜਾਂਦਾ ਸੀ ਜੀ ਜੀ ਅਸੀਂ ਇਸੇ ਪਲੇਟਫਾਰਮ ਰਾਹੀਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੁਝ ਕਰਦੇ ਆ ਗਲਤ ਕਰਦੇ ਆ ਨਹੀਂ ਹੋਣਾ ਚਾਹੀਦਾ ਖੈਰ ਉਹ ਐਵੇਂ ਪਿਆ ਹੁਣ ਜਦੋਂ ਉੱਥੋਂ ਇਹ ਸਾਰਾ ਮਾਮਲਾ ਵਿਗੜਿਆ ਸੀ ਉਦੋਂ ਪੰਜਾਬ ਬਾਅਦ ਪੰਜਾਬ ਦੇ ਤੇ ਫਿਰ ਇਹਦੇ ਤੇ ਬੰਦਸ਼ ਲਾ ਦੇਣੀ ਚਾਹੀਦੀ ਸੀ ਜੇ ਬੰਦਸ਼ ਨਾ ਲਾਉਂਦੇ ਬڑے ਚੈਨਲ ਹੁੰਦੇ ਆ ਉਹਨਾਂ ਚੈਨਲਾਂ ਰਾਹੀਂ ਕਿਹਾ ਜਾ ਸਕਦਾ ਸੀ ਪੰਜਾਬ ਨੂੰ ਬਖਸ਼ੋ ਤੁਸੀਂ ਆਪਣੇ ਹਰਿਆਣੇ ਚ ਹੀ ਕਰ ਲਓ ਤੇ ਇਹਨਾਂ ਨੂੰ ਉੱਥੇ ਸੱਦ ਲਓ ਹੂੰ ਹੂੰ ਇੱਥੇ ਰਹੀ ਸੀ ਇੱਥੇ ਉਹ ਲੋਕ ਬਲੁੰਦਰੇ ਪਏ ਜਿਹੜੀ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਜਿਹੜਾ ਪ੍ਰੋਟੈਸਟ ਜਿਹੜਾ ਹੈਗਾ ਚੱਲ ਰਿਹਾ ਹੈ ਲਗਾਤਾਰ ਜੀ ਬੈਬਰ ਕਲਾਬ ਵਾਲਾ ਹੂੰ ਹੂੰ ਦੋ ਬੰਦੇ ਜਿਹੜੇ ਉੱਚ ਮਾਰੇ ਗਏ ਗੋਲੀ ਚੱਲੀ ਸੀ ਉਹ ਮਾਮਲਾ ਕਿਸੇ ਤਨਪਤਨ ਨਹੀਂ ਲੱਗਿਆ ਹੂੰ ਹੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲੇ ਮਾਮਲੇ ਵੀ ਜਿਹੜੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਆ ਉਹ ਨਾਲ ਸਿੱਧੇ ਆਉਂਦੇ ਜੀ ਇਹ ਵਗੈਰਾ ਵਗੈਰਾ ਸਾਰੀਆਂ ਗੱਲਾਂ ਸੀ ਔਰ ਦੇਖੋ ਗੱਲ ਵੀ ਕੱਲ ਉਹਨਾਂ ਨੇ ਕੀਤਾ ਡੇਰਾ ਪ੍ਰੇਮੀਆ ਨੇ ਕੀਤਾ ਆਪਣਾ ਸ਼ਕਤੀ ਪ੍ਰਦਰਸ਼ਨ ਉਹ ਤਾਂ ਕਰਨੇ ਸੀ ਉਹਨਾਂ ਨੇ ਉਹਨਾਂ ਦੇ ਕੋਲੇ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਬੰਦੇ ਸੀ ਟੋਟਲ ਪ੍ਰਬੰਧ ਕੀਤੇ ਸੀ ਬਹੁਤ ਵੱਡੀ ਤਦਾਦ ਚਾਹੇ ਪੁਲਿਸ ਨੇ ਬੜੇ ਮੁਸਤੈਦ ਪ੍ਰਬੰਧ ਕੀਤੇ ਸੀ ਕਿ ਲੜਨਾ ਹੂੰ ਹੂੰ ਇਹ ਠੀਕ ਆ ਪੁਲਿਸ ਵਾਲੇ ਪ੍ਰਬੰਧ ਜਿਹੜੇ ਆਪਣੀ ਥਾਂ ਦੇ ਉੱਤੇ ਐ ਹੂੰ ਹੂੰ ਲੇਕਿਨ ਜਿਹੜੀਆਂ ਸਭ ਦੇ ਉਲਟ ਤੁਸੀਂ ਇਹ ਦੇਖੋ ਕਿ ਜਿਹੜਾ ਸ ਉਹ ਸਿੱਖਾਂ ਦੇ ਵਿੱਚ ਵਿਰੋਧਿਕਤਾ ਕੀਤਾ ਸੁਖਰਾਸੀ ਮੁਰਾਣੀ ਜਿਹੜਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਥੇ ਇੱਥੇ ਲਗਾਤਾਰ ਧਰਨੇ ਤੇ ਬਿਟਾਏ ਜਿਹੜੀਆਂ ਗੱਡੀਆਂ ਉਧਰੋਂ ਆ ਰਹੀਆਂ ਸੀ ਉਹਨੇ ਰੁਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਨਾਂ ਕੋਲ ਸ਼ਕਤੀ ਉਹ ਨਹੀਂ ਜਿਆਦਾ ਨਹੀਂ ਸੀ ਇਸੇ ਤਰੀਕੇ ਆਪਾਂ ਦੇਖਿਆ ਲਾਂਤਾ ਕਰਤਾ ਸੀ ਧਿਆਨ ਨਾਲ ਸੁਣ ਮੰਡਲੀ ਹੂੰ ਹੂੰ ਕਿ ਜੀ ਅਸੀਂ ਰੋਕਾਂਗੇ ਇਹ ਵੀ ਗੱਲ ਕਹਤਾ ਸੀ ਮੀਡੀਆ ਵਾਲਿਆਂ ਨੂੰ ਕਿ ਮੌਕੇ ਦੇ ਮੌਕੇ ਦੱਸਾਂਗੇ ਹੂੰ ਹੂੰ ਫਿਰ 10 20 ਦਿੱਤਾ ਤੇ ਬੰਦੇ ਕਿੱਥੇ ਕਿੱਥੇ ਇਕੱਠੇ ਹੋ ਜੀ ਜਲਾਲ ਅੱਛਾ ਜਲਾਲ ਇਹ ਜਿਹੜੇ ਬੰਦੇ ਇਕੱਠੇ ਹੋਏ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਦਰਿਆ ਵਿਚਾ ਕੇ ਬੈਠੇ ਲੇਕਿਨ ਉਹ ਬੈਠਣ ਵਾਲੀ ਗੱਲ ਹੀ ਸੀ ਹੂੰ ਹੂੰ ਉੱਥੋਂ ਉਹਨਾਂ ਨੂੰ ਜਿਹੜੇ ਹੈਗੇ ਪੁਲਿਸ ਵਾਲੇ ਚੁੱਕ ਕੇ ਲੈ ਗਏ ਉਹ ਦਮਦਵੀ ਟਕਸਾਲ ਵਾਲੇ ਸੀ ਅਕਾਲੀ ਦਰ ਅਮਰਸਰ ਵਾਲੇ ਵੀ ਸੀ ਹੂੰ ਹੂੰ ਬੰਦੇ ਬਹੁਤੇ ਨਹੀਂ ਸੀ ਬੰਦੇ ਉਹਨਾਂ ਦੀ ਘੱਟ ਸੀ ਜੀ ਉਹ ਚਲੋ ਠੀਕ ਹੈ ਇਹਨੂੰ ਆਪਾਂ ਸਿੰਬੋਲਿਕ ਪ੍ਰੋਟੈਸਟ ਕਹਿ ਦਿਆਂਗੇ ਚੰਗੀ ਗੱਲ ਹੈ ਕਿ ਜਿਆਦਾ ਬੰਦੇ ਨਹੀਂ ਸੀ ਜੇ ਜਿਆਦਾ ਬੰਦੇ ਨਹੀਂ ਤਾਂ ਪਹਿਲਾਂ ਵਾਲਾ ਕੰਮ ਹੋ ਜਾਂਦਾ ਤਾਂ ਪਹਿਲਾਂ ਵਾਲਾ ਕੰਮ ਹੋ ਜਾਂਦਾ ਇਧਰੋਂ ਹੁਣ ਤੁਸੀਂ ਦੇਖੋ ਕਿ ਭਾਈ ਅਮਰੀਕ ਸਿੰਘ ਜਣਾਲਾ ਹੂੰ ਹੂੰ ਉਹ ਜਾ ਰਹੇ ਸੀ ਹੂੰ ਹੂੰ ਉਹਨਾਂ ਨੂੰ ਆਪਣੇ ਇਥੇ ਫੌਜੀ ਚੌਕ 'ਤੇ ਰੋਕ ਲਿਆ ਸੀ ਫਿਰ ਉਹਨਾਂ ਦੀ ਐਸਐਸਪੀ ਨਾਲ ਟੂ ਟੂ ਮੈਂ ਮੈਂ ਹੁੰਦੀ ਹੈ ਹਮ ਹ ਇਹਨਾਂ ਦੀ ਆਪਸ ਵਿੱਚ ਕਸ਼ਮਕਸ਼ ਬਾਬਾ ਹੁੰਦੀ ਹੈ ਐਸਐਸਪੀ ਨੂੰ ਕਹਿੰਦੇ ਵੀ ਤੁਸੀਂ ਕਿਉਂ ਉਹਨਾਂ ਨੂੰ ਪਰੋਲ ਕਿਉਂ ਨਹੀਂ ਦਿੰਦੀ ਐਸਐਸਪੀ ਨਾ ਪਰੋਲ ਨਹੀਂ ਦਿੰਦੀ ਪਰੋਲ ਤਾਂ ਹaryana ਸਰਕਾਰ ਨੇ ਦਿੰਦੀ ਹੈ ਐਸਐਸਪੀ ਨਾਲ ਲੜਦੀ ਤਾਂ ਕੋਈ ਗੱਲ ਹੀ ਨਹੀਂ ਬੈਸੇ ਈਦਾਂ ਨੇ ਵਾਲਿਆ ਸਭ ਯਾਦ ਕਰੋ ਤੁਸੀਂ ਜੀ ਜਿਹੜੀ ਚਾਰਜ ਸ਼ੀਟ ਦਾਇਰ ਕੀਤੀ ਹੈ ਹਮ ਹ ਇਹਦੇ ਖਿਲਾਫ ਡੇਰਾ ਮੁਖੀ ਦੇ ਬੇਅਦਵੀ ਵਾਲੇ ਮਾਮਲੇ ਜੀ ਜੀ ਉਹ ਚਾਰਜ ਸ਼ੀਟ ਦੀ ਇੱਕ ਕਿਤਾਬ ਛਪੀ ਹੋਈ ਹੈ ਹਮ ਹ ਔਰ ਚਾਰ ਸ਼ੀਟ ਜਿਹੜੀ ਹੈ ਜ਼ੈਰਕੀ ਨੇ ਕੀਤੀ ਸੀ ਸਾਡੇ ਐਸਐਸਪੀ ਆਪਣੇ ਆਈਜੀ ਸਾਹਿਬ ਐਸਪੀਐਸ ਪਰਮਾਰੂ ਨੇ ਇਹਨਾਂ ਨੇ ਇਹਨਾਂ ਦੀ ਐਸਆਈਟੀ ਬਣੀ ਹੋਈ ਸੀ ਨਾ ਇਹ ਉਹ ਸੋਸਾਇਟੀ ਦੇ ਚੀਫ ਸੀ ਇਹਨਾਂ ਦੀ ਕਿਤਾਬ ਹੈ ਡਿਟੇਲਡ ਕਿਤਾਬ ਹੈ ਜਿਹਦੇ ਵਿੱਚ ਸਾਰਾ ਕੁਝ ਹੈ ਵੈਸੇ ਜੀ ਆਪਾਂ ਉਹ ਦੇਖੀ ਤਾਂ ਲਗਭਗ ਉਹੇ ਜਾ ਕੁਝ ਹੀ ਜਿਹੜੀ ਇੱਕ ਹੋਰ ਕਿਤਾਬ ਹੈ ਜਿਹੜੀ ਜਿਹਨੂੰ ਆਪਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਹਿ ਦਿੰਦੇ ਨੇ ਉਹ ਵੀ ਉਹੀ ਕੁਝ ਹੈ ਜੀ ਉਹ ਕਿਤਾਬ ਜਿਹੜੀ ਹੈਗੀ ਆ ਉਸ ਕਿਤਾਬ ਦੀ ਪਹਿਲੀ ਕਾਪੀ ਹਮ ਹਮ ਮੁੱਖ ਮੰਤਰੀ ਨਿਵਾਸ ਦੇ ਵਿੱਚ ਕਿਹਨੂੰ ਦਿੱਤੀ ਸੀ ਹੂੰ ਭਗਵੰਤ ਸਿੰਘ ਮਾਨ ਉਹ ਨਾ ਭਗਵੰਤ ਸਿੰਘ ਮਾਨ ਹੋਰ ਨੇ ਦਿੱਤੀ ਸੀ ਹੂੰ ਦਿੱਤੀ ਸੀ ਮਰੀਕ ਸਿੰਘ ਜਨਾਲਾ ਤੇ ਇਹਨਾਂ ਦੇ ਨਾਲ ਹੋਰ ਬੰਦੇ ਕਿ ਤੁਸੀਂ ਉਹਨਾਂ ਤੋਂ ਤਾਂ ਕਾਪੀਆਂ ਲੈਣੇ ਹੋ ਹੂੰ ਤੇ ਥੱਲੇ ਜਿਹੜੇ ਹੈਗੇ ਪੁਲਿਸ ਵਾਲੇ ਨਾਲ ਲੜੀ ਜਾਣੇ ਜੇ ਅਸੀਂ ਤੇ ਜਾਣਾ ਜੇ ਤੁਸੀਂ ਜਾਣਾ ਚਾਹੁੰਦੇ ਤੇ ਦੱਸਣ ਦੀ ਕੀ ਲੋੜ ਸੀ ਦੱਸਣ ਦੀ ਕੀ ਲੋੜ ਸੀ ਕੀ ਐਸੀ ਬਠਿੰਡੇ ਵੀ ਦੀ ਲੰਘਾਂਗੇ ਨਹੀਂ ਆ ਹੋ ਗਈ ਤਾਂ ਗੱਲ ਚੁੱਪ ਕਰਕੇ ਪਾਸੇ ਦੀ ਹੋ ਜਾਈ ਜਿਹਨੇ ਜਿਨ੍ਹਾਂ ਨੇ ਰੋਕੜਾ ਹੁੰਦਾ ਉਹ ਤਾਂ ਆਪਣੇ ਹੱਦੀ ਪਰਾਂ ਦੀਆਂ ਸਿਵੀਆਂ ਵਿੱਚ ਦੀ ਹੋ ਜਾਂਦੇ ਲੰਘ ਜਾਂਦੇ ਜਿੱਥੇ ਉਹ ਵੀ ਵਰਦੀ ਆ ਹੋ ਜਾਂਦੇ ਸਾਰਾ ਕੁਝ ਐ ਕਈ ਗੱਲਾਂ ਹੁੰਦੀਆਂ ਇਹ ਜਿਹੀਆਂ ਕਿ ਹਾਜ਼ਰੀਆਂ ਲਾਉਣਗੇ ਹੂੰ ਉਹ ਲੋਕਾਂ ਖਬਰਾਂ ਆਉਣੀਆਂ ਖਬਰੀਆਂ ਖਬਰਾਂ ਆਉਣੀ ਐ ਕਿ ਜੀ ਹਾਂ ਇਹ ਵੀ ਸੀ ਇਹ ਵੀ ਸੀ ਇਹਦੇ ਉਲਟ ਤੁਸੀਂ ਇਹ ਦੇਖੋ ਕਿ ਜਿੱਥੇ ਤੁਸੀਂ ਜਦੋਂ ਲੋਕਾਂ ਦੀ ਗੱਲ ਬਣਾਓਗੇ ਉਹਨੂੰ ਹੂੰ ਲੋਕਾਂ ਦੇ ਮਾਮਲੇ ਚ ਬਣਾਓਗੇ ਤਾਂ ਲੋਕ ਤੁਹਾਨੂੰ ਸਹਿਯੋਗ ਦਿੰਦੇ ਦੇਣਗੇ ਪਰ ਜਦੋਂ ਤੁਹਾਡਾ ਆਪਦਾ ਕਿਰਦਾਰ ਹੀ ਤੁਸੀਂ ਦੇਖੋ ਦਾਨੇ ਵਾਲਿਆ ਸਾਹਿਬ ਜਿਹੜਾ ਆਓ ਮੋ ਹਾਰੀ ਲੱਗਿਆ ਵੈ ਕੌਮੀ ਇਨਸਾਫ ਮੋਰਚਾ ਜਿਹੜਾ ਹੈਗਾ ਲੱਗਿਆ ਵੈ ਹਾਂਜੀ ਉਸ ਕੌਮੀ ਇਨਸਾਫ ਮੋਰਚੇ ਨੂੰ ਕਿੰਨੀ ਲੋਕਾਂ ਵੱਲੋਂ ਜਿਹੜੀ ਹੈਗੀ ਹੈ ਹਮਾਇਤ ਮਿਲ ਰਹੀ ਹੈ ਉਹੀ ਜੇ ਇੱਧਰ ਨੂੰ ਆ ਜਾਂਦੇ ਤਾਂ ਕਿੱਥੇ ਜਾਂਦੇ ਨਹੀਂ 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 ਉਹਨਾਂ ਨੇ ਜਿਹੜੀ ਜਿਹੜੀ ਉਹਨਾਂ ਦੀ ਗੱਲ ਉਹਨੂੰ ਹਮਾਇਤ ਕਿਉਂ ਮਿਲ ਰਹੀ ਹੈ ਵੇ ਇਸ ਕਰਕੇ ਮਿਲ ਰਹੀ ਹੈ ਹਮਾਇਤ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਬੰਦੀਆਂ ਦੀ ਗੱਲ ਕਰ ਗੱਲ ਕੀਤੀ ਹੈ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਉਹ ਦੋ ਫਿਰਕਿਆਂ ਦੇ ਵਿੱਚ ਦੋ ਭਾਈਚਾਰਿਆਂ ਦੇ ਵਿੱਚ ਜਿਹੜੇ ਹੈਗੇ ਤਣਾਅ ਪੈਦਾ ਕਰਨ ਵਾਲੀ ਗੱਲ ਨਹੀਂ ਉਸ ਦੀ ਸਟੇਟ ਨਾਲ ਗੱਲ ਹੈ ਕਿ ਭਾਈ ਤੁਸੀਂ ਇਹਨਾਂ ਕੱਲੋਂ ਤੁਸੀਂ ਦੇਖੋ ਕਿ ਉੱਥੇ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਸੀ ਜੀ ਉਸ ਖੂਨਦਾਨ ਕੈਂਪ ਦੇ ਵਿੱਚ ਜਿੰਨਾਂ ਲੋਕਾਂ ਨੇ ਖੂਨ ਦਿੱਤਾ ਹੈ ਬੜੀ-ਬੜੀ ਤਦਾਦ ਦੇ ਵਿੱਚ ਦਿੱਤਾ ਹੈ ਲੇਕਿਨ ਤਿੰਨ ਵਿਅਕਤੀ ਹੂੰ ਹੂੰ ਜਿਨ੍ਹਾਂ ਨੇ ਖੂਨ ਦਿੱਤਾ ਹੈ ਉਹਨਾਂ ਦੇ ਵਿੱਚ ਇੱਕ ਹਿੰਦੂ ਹੈ ਅੱਛਾ ਜੀ ਇੱਕ ਮੁਸਲਮਾਨ ਹੈ ਇੱਕ ਸਿੱਖ ਹੈ ਹੂੰ ਹੂੰ ਔਰ ਇਹ ਇਤਫਾਕ ਬਣ ਗਿਆ ਕਿ ਤਿੰਨਾਂ ਨੇ ਜਦੋਂ ਖੂਨ ਦਿੱਤਾ ਤੇ ਉਸ ਖੂਨ ਦੇ ਵਿੱਚੋਂ ਥੋੜਾ ਜਿਹਾ ਖੂਨ ਲੈ ਕੇ ਅੱਛਾ ਜੀ ਉਹਦੇ ਨਾਲ ਇੱਕ ਚਿੱਠੀ ਲਿਖੀ ਹੈ ਸਰਕਾਰਾਂ ਨੂੰ ਓਕੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਹੂੰ ਹੂੰ ਅੱਜ ਦਾਨਵਾਲੀਏ ਸਾਹਿਬ ਮੈਨੂੰ ਨਾ ਇੱਕ ਸੱਜਣ ਦਾ ਫੋਨ ਆਇਆ ਅਮਰਕਾਟੂ ਅੱਛਾ ਜੀ ਉਹ ਸੁਲਤਾਨਪੁਰ ਲੋਧੀ ਦੇ ਕੋਲੇ ਉਹਨਾਂ ਦਾ ਪਿੰਡ ਹੈ ਤੇ ਬਹੁਤ ਬੈਂਕ ਦੇ ਵਿੱਚ ਉਹ ਨੌਕਰੀ ਕਰਦੇ ਸੀ ਬਹੁਤ ਵਧੀਆ ਇਨਸਾਨ ਹੈ ਇੱਕ ਵਾਰੀ ਮੈਂ ਇੱਕ ਕੰਮ ਕੀਤਾ ਸੀ ਪ੍ਰਤਾਪ ਸਿੰਘ ਕੈਰੋ ਵਾਲੇ ਮਰਡਰ ਦੀ ਅੱਛਾ ਜੀ ਉਹ ਪ੍ਰਤਾਪ ਸਿੰਘ ਕੈਰੋ ਵਾਲੇ ਮਰਡਰ ਦੀ ਉਹਨਾਂ ਨੇ ਜਿਹੜੀ ਉਹ ਵੀਡੀਓ ਸੁਣੀ ਸੀ ਤੇ ਉਹ ਵੀਡੀਓ ਸੁਣ ਤੋਂ ਬਾਅਦ ਇੱਕ ਹੋਰ ਕਿਤਾਬ ਲਿਖੀ ਸੀ ਪ੍ਰਤਾਪ ਸਿੰਘ ਕੈਰੋ ਦੇ ਮਾਮਲੇ 'ਚ ਉਹਨਾਂ ਨੇ ਮੈਨੂੰ ਕੋਰੀਅਰ ਕਰਕੇ ਭੇਜੀ ਸੀ ਅੱਛਾ ਜੀ ਕਿਤਾਬ ਮੇਰੇ ਕੋਲੇ ਆ ਗਈ ਉਹਨਾਂ ਨੇ ਮੈਨੂੰ ਅੱਜ ਸਵੇਰੇ ਫੋਨ ਕੀਤਾ ਉਹ ਕਹਿੰਦੇ ਜੀ ਗੱਲ ਇਹ ਹੈ ਕਿ ਮੈਂ ਤਾਂ ਹੁਣ ਬੈਠਾ ਹਾਂ ਅਮਰੀਕਾ 'ਚ ਹੂੰ ਹੂੰ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਵੈ ਹੂੰ ਹੂੰ ਇਹ ਕੌਮੀ ਇਨਸਾਫ ਮੋਰਚੇ ਨੂੰ ਹੋਰ ਵਿਸ਼ਾਲ ਕਰਨ ਵਾਸਤੇ ਪੀਮਾ ਕੌਰੇਗੋਂ ਵਾਲਾ ਮਾਮਲਾ ਜਿਹੜਾ ਅੱਛਾ ਜੀ ਉਹ ਵੀ ਨਾਲ ਜੋੜਨਾ ਚਾਹੀਦਾ ਹੂੰ ਹੂੰ ਜਿਹੜੇ ਜਿਹੜੇ ਬੇਇਨਸਾਫੀ ਦੇ ਖਿਲਾਫ ਲੜਨ ਵਾਲੇ ਲੋਕ ਹੈ ਪੀਮਾ ਕੌਰੇਗਾਂ ਵਾਲੇ ਮਾਮਲੇ ਦੇ ਵਿੱਚ ਕਿੰਨੇ ਬੰਦੇ ਵੱਡੀਆਂ ਹੋਰਾਂ ਦੇ ਹੂੰ 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 ਵਿਦਵਾਨ ਬੰਦੇ ਉਹ ਜਿਹਨਾਂ ਦੇ ਵਿੱਚ ਬੈਠੇ ਜੀ ਸਟੇਨਸ ਸੁਆਮੀ ਸਟੇਨਸ ਨਾਲ ਦੇ ਕਿਤ ਬਜ਼ੁਰਗ ਤਾਂ ਉਹ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਇਹਨੂੰ ਕੱਲਾ ਆਪਾਂ ਬੰਦੀ ਸਿੱਖਾਂ ਨਾਲ ਨਾ ਬਣਾ ਕੇ ਇਹਨੂੰ ਮਰੁਖੀ ਅਧਿਕਾਰਾਂ ਦਾ ਬਣਾ ਕੇ ਤੇ ਇਹਨੂੰ ਨੈਸ਼ਨਲ ਲੈਵਲ ਦਾ ਮੁੱਦਾ ਬਣਾਇਆ ਜਾਵੇ ਇੰਟਰਨੈਸ਼ਨਲ ਬਣ ਜਾਣਾ ਹੈ ਇੰਟਰਨੈਸ਼ਨਲ ਬਣ ਜਾਣਾ ਹੈ ਠੀਕ ਹੈ ਹੁਣ ਇਹੀ ਚੀਜ਼ ਨਾਲ ਜਿਹੜੀ ਸਭ ਜੀ ਆਪਾਂ ਦੇਖੀਏ ਵੀ ਇੱਥੇ ਵੀ ਇਹਨੂੰ ਜਿਹੜਾ ਹੈਗਾ ਤੁਸੀਂ ਇੱਕ ਸਾਂਝੇ ਤੌਰ ਦੇ ਉੱਤੇ ਇਹ ਪ੍ਰੋਟੈਸਟ ਕਰਨਾ ਵੀ ਹੈ ਰੁਕਣਾ ਵੀ ਹੈ ਤੇ ਸਾਂਝੇ ਤੌਰ ਤੇ ਕਰੋ ਜੀ ਬਿਲਕੁਲ ਪ੍ਰੈਸ਼ਰ ਤੁਸੀਂ ਮਤਲਬ ਇਹਨਾਂ ਨੂੰ ਰੋਕਣ ਦੀ ਬਜਾਏ ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਕਰੋ ਠੀਕ ਹੈ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਇਹ ਪੰਗਾ ਜਿਹੜਾ ਲੈਣ ਵਾਲੀ ਗੱਲ ਹੈ ਖਾਮ ਖਾ ਜਿੱਥੇ ਤੁਸੀਂ ਪਹਿਲਾਂ ਜਿੱਥੋਂ ਕਲੇਸ਼ ਸ਼ੁਰੂ ਹੋਇਆ ਸੀ ਜੀ ਕਲੇਸ਼ ਵੀ ਸਲਾਬਤਪੁਰੇ ਤੋਂ ਹੋਇਆ ਹੂੰ ਹੂੰ ਸਲਾਬਤਪੁਰੇ ਦੇ ਤੋਂ ਤੁਸੀਂ ਚਰਚਾ ਕਰਕੇ ਜੀ ਉਸ ਚਰਚਾ ਦੇ ਰਾਹੀਂ ਤੁਸੀਂ ਸਿੱਖਾਂ ਨੂੰ ਉਤੇਜਿਤ ਕਰਦੇ ਹੋ ਹੂੰ 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 ਉਹਦੇ ਵਿੱਚੋਂ ਜੇ ਕਿਸੇ ਕਿਸੇ ਦੀ ਕੋਈ ਵੈਲੈਂਸ ਨਿਕਲਦੀ ਹੈ ਤਾਂ ਫਿਰ ਆਪਾਂ ਉਹਨਾਂ ਨੂੰ ਕਸੂਰਵਾਰ ਨਹੀਂ ਨਾ ਠਹਿਰਾਉਣਾ ਨਹੀਂ ਨਹੀਂ ਠੀਕ ਜੇ ਤੁਸੀਂ ਕਿਸੇ ਬੰਦੇ ਨੂੰ ਆ ਕੇ ਉਂਗਲ ਲਾਉਂਗੇ ਕਿ ਆ ਲੜ ਮੇਰੇ ਨਾਲ ਫਿਰ ਤੱਕ ਤੁਸੀਂ ਕਿਸੇ ਦੇ ਘਰ ਜਾ ਕੇ ਉਹਨੂੰ ਬੰਗਾਰੋਗੇ ਤਾਂ ਫਿਰ ਲੋਕ ਲੜਨਗੇ ਲੜਨਗੇ ਪਰ ਜੇ ਤੁਸੀਂ ਜੇ ਵਿਰੋਧ ਕਰਨਾ ਤਾਂ ਫਿਰ ਵਿਰੋਧ ਤੁਹਾਡਾ ਜਿਹੜਾ ਹੈਗਾ ਵਿਰੋਧ ਪਰਮਨ ਹੋਵੇ ਹਮਮ ਲੇਕਿਨ ਵਿਰੋਧ ਤੁਹਾਡਾ ਦਿਖਦਾ ਹੋਵੇ ਦਿਖਦਾ ਹੋਣਾ ਚਾਹੀਦਾ ਸਿਰਫ ਖਬਰਾਂ ਵਾਸਤੇ ਵਿਰੋਧ ਨਹੀਂ ਹੋਣਾ ਚਾਹੀਦਾ ਚਲੋ ਸਭ ਐਸੇ ਕਿਤਨੇ ਕਿਤੇ ਜਿਹੜੇ ਇਹ ਲੀਡਰ ਨੇ ਆਪ ਦਾ ਆਧਾਰ ਵੀ ਗਵਾ ਚੁੱਕੇ ਨੇ ਸਿੱਖ ਕੌਮ ਦੇਖੋ ਆਧਾਰ ਜਿਹੜਾ ਜਿਹੜਾ ਆਧਾਰ ਹੈ ਆਧਾਰ ਜਦੋਂ ਤੁਸੀਂ ਕਈ ਵਾਰੀ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਹੋ ਤੁਸੀਂ ਦੇਖੋ ਕੌਮੀ ਇਨਸਾਫ ਮੋਰਚਾ ਹੈ ਜੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਲੋਕ ਜਾਂਦੇ ਆ ਬੋਲਦੇ ਆ ਹਮਮ ਲੇਕਿਨ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜੇ ਬੰਦੇ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਉਂਦੇ ਆ ਜੇ ਤੁਸੀਂ ਉਹਨਾਂ ਨੂੰ ਉੱਥੇ ਬੇਇੱਜ਼ਤ ਕਰੋਗੇ ਜਲੀਲ ਕਰੋਗੇ ਤਾਂ ਆਲਟੀਮੇਟਲੀ ਤੁਹਾਡਾ ਆਧਾਰ ਖੋ ਗਏਗਾ ਅਸੀਂ ਸਾਡੇ મતਭੇਦ ਹੋ ਸਕਦੇ ਆ ਬਲਜੀਤ ਸਿੰਘ ਦਾਦੂ ਵੱਲ ਨਾਲ ਹਮਮ ਸਾਡੇ ਮਤਭੇਦ ਹੋ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ। ਧਾਮੀ ਨਾਲ। ਲੇਕਿਨ ਜਿਸ ਕੰਮ ਵਾਸਤੇ ਤੁਸੀਂ ਮੋਰਚਾ ਲਾਇਆ ਉਸ ਉਸ ਦੇ ਵਿੱਚ ਤਾਂ ਤੁਹਾਡੀ ਹਮਾਇਤ ਕਰਨ ਆਏ ਸੀ। ਹਮਾਇਤ ਕਰਨ ਆਏ ਸੀ। ਤੁਸੀਂ ਲੀਡਰਸ਼ਿਪ ਉਹਨਾਂ ਨੂੰ ਦੇ। ਅਸੀਂ ਤਾਂ ਦੁਸ਼ਮਣ ਤੋਂ ਵੀ ਲੈ ਲੈਨੇ ਆਪਾਂ। ਬਿਲਕੁਲ ਤੁਸੀਂ ਉਹਨਾਂ ਨੂੰ ਲੀਡਰਸ਼ਿਪ ਨਾ ਦਿਓ। ਹੂੰ ਹੂੰ। ਲੀਡਰਸ਼ਿਪ ਤਾਂ ਤੁਹਾਡੇ ਕੋਲ ਹੀ ਹੈ। ਹਾਂ ਹਾਂ। ਪਰ ਜੇ ਤੁਸੀਂ ਉੱਥੇ ਜਾਂ ਲੀਡਰਸ਼ਿਪ ਕਿਸੇ ਹੋਰ ਕੋਲੇ ਹੈ ਉੱਥੇ ਮੇਰੇ ਵਰਗੇ ਚਾਰ ਬੰਦੇ ਟੁੱਟ ਕੇ ਪੈ ਜਾਣ ਵੀ ਸਾਨੂੰ ਸਵਾਲਾਂ ਦੇ ਜਵਾਬ ਦਿਓ ਉਹ ਕਿਵੇਂ ਹੋ ਸਕਦਾ ਸਵਾਲਾਂ ਦੇ ਜਵਾਬ ਜਿਹੜੇ ਅਸੀਂ ਸਰਕਾਰਾਂ ਤੋਂ ਮੰਗਣੇ ਆ ਜਿਹਦੀ ਹਕੂਮਤ ਹੁੰਦੀ ਹੈ ਸਵਾਲ ਉਹਦੇ ਕੋਲੇ ਹੁੰਦੇ ਬਿਲਕੁਲ ਜਿਹੜਾ ਆਪੋਜੀਸ਼ਨ ਚ ਉਹ ਤੋਂ ਸਵਾਲ ਕੀ ਹੁੰਦੇ ਇਸ ਕਰਕੇ ਜਿਹੜਾ ਆਧਾਰ ਹੈ ਨਾ ਕਈ ਵਾਰੀ ਜਾਨਣ ਲੱਗਿਆ ਸਾਬ ਜਦੋਂ ਆਪਾਂ ਟੇਡੇ ਰਸਤਿਆਂ 'ਚ ਪੈ ਜਾਂਦੇ ਹਾਂ ਟੇਡੇ ਰਸਤਿਆਂ ਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਕੰਡੇ ਵੀ ਹੁੰਦੇ ਬਿਲਕੁਲ ਟੇਡੇ ਰਸਤਿਆਂ ਦੇ ਵਿੱਚ ਫਿਰ ਡਲੇ ਡੱਪੇ ਵੀ ਹੁੰਦੇ ਆ ਹੋਰ ਰੁਕਾਵਟਾਂ ਵੀ ਪੈਂਦੀਆਂ ਆਧਾਰ ਇਸ ਕਰਕੇ ਖਤਮ ਹੁੰ ਜਿੱਥੇ ਦਾ ਤੁਹਾਡੀ ਗੱਲ ਸਿੱਧੀ ਹੋਵੇ ਹੁਣ ਮੈਂ ਬੜਾ ਇਸ ਕਲ ਦੇ ਤੇ ਮੈਨੂੰ ਬੜੀ ਤਸੱਲੀ ਹੋਈ ਕਿ ਭਾਈ ਹਵਾਰਾ ਨੇ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਗਲਤ ਕੀਤਾ ਤੁਸੀਂ ਹੂੰ ਹੂੰ ਉਹਨਾਂ ਨੇ ਆਪਣੀ ਕਮੇਟੀ ਵਾਲਿਆਂ ਨੂੰ ਕਿਹਾ ਕਿ ਡਿਸਪੀਸਪਲਨ ਰੱਖੋ ਜੀ ਜਿਹੜੇ ਬੰਦੇ ਇਸ ਕਿਸਮ ਦੀ ਗੱਲ ਕਰਦੇ ਉਹਨਾਂ ਨੂੰ ਕੰਟਰੋਲ ਕਰੋ ਹੂੰ ਹੂੰ ਸਾਡੀ ਹਮਾਇਤ ਵਾਸਤੇ ਜੋ ਵੀ ਬੰਦਾ ਆਉਂਦਾ ਉਹਨੂੰ ਆਉਣ ਦਿਓ ਹੂੰ ਹੂੰ ਜੇ ਤੁਸੀਂ ਉਹਨਾਂ ਨੂੰ ਆਪਦੇ ਬਣਾ ਕੇ ਗੱਲ ਕਰੋਗੇ ਗਲਤ ਹੈ ਕਿ ਜਿਹਨਾਂ ਬੰਦਿਆਂ ਨੇ ਕੈਦਾਂ ਪੂਰੀਆਂ ਕਰ ਲਈਆਂ ਕੈਦਾਂ ਕੱਟਣ ਤੋਂ ਬਾਅਦ ਜਿਹੜੀ ਸਜ਼ਾ ਤਾਂ ਭੁੱਜ ਚੁੱਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਰ ਉਹ ਇੱਕ ਹਿਊਮੋਰਾਈਟਸ ਦਾ ਮਾਮਲਾ ਬਣਦਾ ਹੈ ਇਹਨੂੰ ਹਿਊਮੋਰਾਈਟਸ ਦੇ ਮੁੱਦੇ ਤੇ ਹੀ ਲੈਣਾ ਚਾਹੀਦਾ ਹੈ ਜੀ ਜੀ ਤੇ ਹੁਣ ਆਪਾਂ ਆਈਏ ਜੀ ਜਿਹੜੀ ਸਿੱਧੂ ਮੂਸੇ ਵਾਲੇ ਦੀ ਮਾਤਾ ਹੈ ਕੀ ਨਾਂ ਉਹਦਾ ਬੀਬੀ ਦਾ ਚਰਨਕੌਰ ਚਰਨਕੌਰ ਬਾੜੀ ਤਪੀ ਬੈਠੀ ਹੈ ਜੀ ਦੇਖੋ ਗੱਲ ਇਹ ਹੈ ਕਿ ਜਦੋਂ ਘਰੇ ਕੁਝ ਦਿਖਦਾ ਨਾ ਹੋਵੇ ਹੂੰ ਹੂੰ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਫਾਦਰ ਜੀ ਪਾਰਥ ਜੂੜੋ ਯਾਤਰਾ ਦੇ ਵਿੱਚ ਥੋੜਾ ਸਮਤ ਰੁਏ ਸੀ ਤੇ ਉਹਨਾਂ ਦੀ ਤਬੀਅਤ ਨਾ ਸਾਜ ਹੋ ਗਈ ਹੂੰ ਹੂੰ ਉਸ ਤੋਂ ਬਾਅਦ ਉਹ ਘਰੇ ਆ ਗਏ ਘਰੇ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੋਈ ਹੂੰ ਹੂੰ ਪਹਿਲਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੁੰਦੇ ਸੀ ਡਾਕਟਰ ਧਰਮ ਜੀ ਵੀਰ ਗਾਂਧੀ ਹੂੰ ਹੂੰ ਧਰਮ ਵੀਰ ਗਾਂਧੀ ਕੋਲੋਂ ਟ੍ਰੀਟਮੈਂਟ ਕਰਾਉਂਦੇ ਸੀ ਬੱਚੇ ਦੇ ਮਰਨ ਤੋਂ ਬਾਅਦ ਸਥਿਤੀ ਥੋੜੀ ਹੋਰ ਖਰਾਬ ਹੋ ਗਈ ਜੀ ਤੇ ਫਿਰ ਉਹਨੇ ਪੀਜੀਆਈ ਭੇਜਤੇ ਸੀ ਪੀਜੀਆਈ ਉਹਨਾਂ ਦੇ ਸਟੰਟ ਪਾਇਆ ਸੀ ਅੱਛਾ ਜੀ ਸਟੰਟ ਪੈਣ ਤੋਂ ਬਾਅਦ ਜਦੋਂ ਇਹ ਫਿਰ ਇੱਥੇ ਗਏ ਦੋ ਵਾਰੀ ਸਟੰਟ ਪੈ ਚੁੱਕੇ ਆ ਪਹਿਲਾਂ ਹੂੰ ਹੂੰ ਉਹ ਤਾਂ ਹਮਤਿਸ਼ਾ ਇੱਥੇ ਜਦੋਂ ਇਸ ਭਾਰਤ ਜੋੜੋ ਯਾਤਰਾ ਚ ਗਏ ਥੋੜਾ ਤੁਹਾਨੂੰ ਪਤਾ ਵੀ ਥੋੜਾ ਬਹੁਤ ਟਰਨਾ ਪੈਂਦਾ ਜੀ ਜੀ ਆਵਾਤਵਰਨ ਦੇ ਨਾਲ ਵੀ ਡਸਟ ਵਗੈਰਾ ਨਾਲ ਵੀ ਸ਼ਾਇਦ ਕੋਈ ਦਾ ਇਹਦਾ ਸੰਬੰਧ ਹੋਊਗਾ ਮੈਂ ਆਪਾਂ ਦਾ ਡਾਕਟਰ ਨਹੀਂ ਹੈਗੇ ਜੀ ਜੀ ਉੱਥੇ ਉਹਨਾਂ ਦੀ ਤਬੀਅਤ ਫੇਰ ਖਰਾਬ ਹੋ ਗਈ ਤੇ ਫੇਰ ਉਹਨਾਂ ਨੂੰ ਦੁਬਾਰਾ ਲੈ ਗਏ ਸੀ ਪੀਜੀਆਈ ਚ ਹੂੰ ਹੂੰ ਪੀਜੀਆਈ ਚ ਲੈ ਗਏ ਪੀਜੀਆਈ ਦੇ ਵਿੱਚ ਵੀ ਕਾਫੀ ਰਹਿ ਸ਼ਾਇਦ ਹੁਣ ਹੋ ਵਾਪਸ ਘਰ ਆ ਗਏ ਜੀ ਮੇਰੀ ਜਿਹੜੇ ਉੱਥੇ ਸਕਿਉਰਿਟੀ ਗਾਰਡ ਹੈ ਹੂੰ ਹੂੰ ਜਿਹੜੇ ਉਹ ਸਕਿਉਰਟੀ ਦੇ ਵਿੱਚ ਲੱਗੇ ਉਹਨਾਂ ਨੂੰ ਮਿਲਣ ਵਾਲੇ ਕਿਸੇ ਬੰਦੇ ਨਾਲ ਗੱਲ ਹੋਈ ਹੂੰ ਹੂੰ ਵੀ ਸਥਿਤੀ ਕੀ ਹੈ ਉਹਨੇ ਮੈਨੂੰ ਦੱਸਿਆ ਕਹਿੰਦੇ ਜੀ ਵੀ ਸ਼ਾਇਦ 2-4 ਦਿਨਾਂ ਦੇ ਵਿੱਚ ਉਹਨਾਂ ਨੂੰ ਛੁੱਟੀ ਮਿਲ ਜੇ ਬਲਕੌਰ ਸਿੰਘ ਹੋਰਾਂ ਨੂੰ ਤੇ ਘਰੇ ਆ ਜਾਣ ਮੈਂ ਕਿਹਾ ਵੀ ਘਰੇ ਕੌਣ ਐ ਇਸ ਵੇਲੇ ਹੂੰ ਹੂੰ ਕਹਿੰਦੇ ਜੀ ਘਰੇ ਕੌਣ ਐ ਇਕੱਲੇ ਸੁਰੱਖਿਆ ਗਾਰਡ ਅੱਛਾ ਕੋਈ ਵੀ ਨਹੀਂ ਕਰੇ ਤੇ ਯਾ ਸਿੱਧੂ ਮੂਸੇਵਾਲੇ ਦੀ ਮਾਸੀ ਦਾ ਪੁੱਤ ਹੈ ਹੂੰ ਹੂੰ ਮੈਂ ਕਿਹਾ ਵੀ ਫੇਰ ਕੀ ਕਹਿੰਦੇ ਜੀ ਹਵੇਲੀ ਬਹੁਤ ਵੱਡੀ ਹੈ ਹੂੰ ਹੂੰ ਇਤਹਾਸ ਨੂੰ ਪਤਾ ਨਾ ਵੀ ਘਰ ਤੋਂ ਹਵੇਲੀ ਬਣੀ ਬਿਲਕੁਲ ਬਿਲਕੁਲ ਔਰ ਸਦਰਾ ਉਹ ਮੁੰਡੇ ਨੇ ਆਦਰੀਆਂ ਸਾਰੀਆਂ ਪਾਤੀਆਂ ਸੀ ਹੂੰ ਹੂੰ ਆਪਦੇ ਪਿਓ ਨੂੰ ਦੇ ਗੀਤਾਂ ਦੇ ਵਿੱਚ ਵੀ ਕਹਿੰਦਾ ਆਪਦੇ ਪਿਓ ਨੂੰ ਵੀ ਉਹ ਕਹਿੰਦਾ ਵੀ ਹੁਣ ਗੱਲਾਂ ਉਹ ਨਹੀਂ ਰਹਿਆਂ ਜੀ ਤੈਨੂੰ ਮੈਂ ਆਪਦੀ ਪੂਰੀ ਐਸ਼ ਕਰਵਾਉਂਗਾ ਉਹਨੇ ਆਪਦੇ ਬਾਪ ਨੂੰ ਮਤਲਬ ਜਿਹੜਾ ਹੈਗਾ ਦੁਨੀਆ ਦਾ ਹਰ ਸੁੱਖ ਸੁਬਦਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੂੰ ਹੂੰ ਵਕਤ ਤੋਂ ਪਹਿਲਾਂ ਉਮਰ ਚਾ ਚਲਾ ਗਿਆ ਉਹ ਕਹਿੰਦੇ ਮਾਸੀ ਦਾ ਪੁੱਤ ਰਹਿੰਦਾ ਤੇ ਮਾਸੀ ਦੇ ਪੁੱਤ ਨੂੰ ਵੀ ਹਵੇਲੀ ਚ ਡਰ ਲੱਗਦਾ ਅੱਛਾ ਇਹ ਮੈਂ ਕੱਲਾ ਕੀ ਕਰਾਂ ਹੂੰ ਹੂੰ ਮਾਸੜ ਬਿਮਾਰ ਆ ਮਾਸੀ ਜਿਹੜੀ ਹੈਗੀ ਉਹਦੀ ਟਹਿਲ ਸੇਵਾ ਤੇ ਹੈ ਦੇਖਪાળ ਆਸਤੇ ਤੇ ਮੁੰਡਾਰੇ ਦਾ ਕਲਾ ਉਹ ਕਹਿੰਦਾ ਫਿਰ ਉਹ ਰਾਤ ਨੂੰ ਵਿਚਾਰਾ ਸਿਕਿਉਰਿਟੀ ਗਾਰਡਾਂ ਦੇ ਗਾਰਡ ਵਾਲਿਆਂ ਕੋਲ ਆ ਕੇ ਪੈ ਜਾਂਦਾ ਹੂੰ ਹੂੰ ਸਥਿਤੀ ਜਦੋਂ ਕਿਸੇ ਪਰਿਵਾਰ ਦੀ ਇਹ ਹੋਵੇ ਹੂੰ ਹੂੰ ਕਿ ਉਹਨੇ ਕਿੰਨਾ ਵਧੀਆ ਸਾਰਾ ਕੁਝ ਗਾਰਡ ਬਣਾ ਤੇ ਉਹ ਬੰਦੇ ਦੀ ਇਸ ਤਰ੍ਹਾਂ ਹੋ ਜੇ ਮੌਤ ਜੀ ਮੌਤ ਤੋਂ ਬਾਅਦ ਫਿਰ ਪਰਿਵਾਰ ਦੀ ਹਾਲਤ ਤਾਂ ਮਾੜੀ ਹੁੰਦੀ ਹੈ ਹੂੰ ਹੂੰ ਵੈਸੇ ਉੱਥੇ ਹਰ ਐਤਵਾਰ ਨੂੰ ਲੋਕ ਇਕੱਤਰ ਹੁੰਦੇ ਜੀ ਆਉਦੇ ਹੈ ਸ਼ਰਦਲੇ ਫੁੱਲ ਪੇਟ ਕਰਦੇ ਅੱਜ ਮੈਂ ਦੇਖ ਰਿਹਾ ਸੀ ਹਮ ਹਮ ਅਮਰੀਕਾ ਤੋਂ ਇੱਕ ਸਿੰਗਰ ਕੁੜੀ ਆਈ ਅੱਛਾ ਜੀ ਔਰ ਉਹਦੇ ਜਿਹੜੀ ਹੈਗੀ ਐ ਜਿਹੜੀ ਬਾਹ ਦੇ ਉੱਤੇ ਇੱਕ ਪਾਸੇ ਟੈਟੂ ਬਣੇ ਹੋਏ ਹਮ ਹਮ ਸਿੱਧੂ ਮੂਸੇਵਾਲੇ ਦਾ ਦੂਜੇ ਪਾਸੇ ਉਹਨੇ ਲਿਖਿਆ ਤਾਂ ਅੰਗਰੇਜ਼ੀ 'ਚ ਹਮ ਹਮ ਪਰ ਉਹਦਾ ਮਤਲਬ ਪੰਜਾਬੀ ਅਰਥ ਆਪਾਂ ਕਹ ਦੀ ਕਿ ਕਲਾਕਾਰ ਕਦੇ ਮਰਦੇ ਨਹੀਂ ਨਹੀਂ ਬਿਲਕੁਲ ਠੀਕ ਹੈ ਉਹ ਜੇ ਉਹਦੇ ਰਹਿੰਦੇ ਤੇ ਸਿੱਧੂ ਮੂਸੇਵਾਲਾ ਜਿਉਂਦਾ ਵੀ ਹੈ ਹਮ ਹਮ ਲੇਕਿਨ ਮਾਪਿਆਂ ਦੇ ਕੋਲੇ ਤਾਂ ਕੁਛ ਹੈ ਨਹੀਂ ਨਾ ਹਮ ਹਮ ਮਾਂ ਉਹਦੀ ਕੱਲ ਜਦੋਂ ਜਦੋਂ ਲੋਕ ਇਕੱਠੇ ਹੁੰਦੇ ਆ ਫਿਰ ਉਹਨਾਂ ਨੂੰ ਐਡਰੈਸ ਕਰਨਾਂ ਦਾ ਬੋਲਣਾ ਦਾ ਉਹ ਬੋਲੀ ਜੀ ਕਹਿੰਦੀ ਵੀ ਸਰਕਾਰ ਨੇ ਸਾਥੋ ਲਏ ਸੀ 20 ਦਿਨ ਹੂੰ ਇਹ ਤਰੋਸਾ ਦੱਸ ਕਿ ਬੀਡ ਨਾ ਇਨਸਾਫ ਦੇ ਦੇਣਗੇ ਜੀ ਤੇ ਮਹੀਨੇ ਹੋ ਗਏ 8 ਅੱਛਾ ਜੀ ਗੱਲ ਉੱਥੇ ਦੀ ਉੱਥੇ ਖੜੀ ਹੈ ਹੂੰ ਹੂੰ ਜੇ ਹੁਣ ਆਪਾਂ ਦੇਖੀਏ ਤੇ ਬਹੁਤ ਸਾਰੇ ਬੰਦੇ ਫੜੇ ਗਏ ਹੂੰ ਹੂੰ ਚਾਹੇ ਉਹ ਦਿੱਲੀ ਪੁਲਿਸ ਨੇ ਫੜ ਲਏ ਚਾਹੇ ਉਹ ਪੰਜਾਬ ਪੁਲਿਸ ਨੇ ਫੜ ਲਏ ਜ਼ਿਲ੍ਹਿਆਂ ਦੇ ਵਿੱਚ ਅੰਦਰ ਹੈ ਜਿਹੜੀ ਉਹਨਾਂ ਨੂੰ ਮਦਦ ਦੇਣ ਵਾਲੇ ਬੰਦੇ ਸੀ ਉਹ ਵੀ ਫੜ ਲਏ ਜਿਹੜੇ ਬੰਦੇ ਫਿਰ ਮੁਲਜ਼ਿਮਾਂ ਨੂੰ ਭਜਾਉਣ ਵਾਲੇ ਸੀ ਉਹ ਵੀ ਫੜ ਲਏ ਪੁਲਿਸ ਵਾਲੇ ਵੀ ਫੜ ਲਏ ਜੀ ਜੀ ਪਰ ਉਹਨਾਂ ਦਾ ਦੁੱਖ ਇੱਥੇ ਕਿਉਂ ਖੜੋਤਾ ਹੈ ਹੂੰ ਹੂੰ ਉਹਨੇ ਫਿਰ ਕੱਲ ਜਿਹੜੀ ਹੈਗੀ ਐਕਸਪਲੇਨ ਕੀਤੀ ਗੱਲ ਅੱਛਾ ਜੀ ਕੱਲ ਉਹ ਕਹਿੰਦੀ ਵੀ ਜਿੰਨਾ ਬੰਦਿਆਂ ਨੇ ਇਹ ਗੱਲ ਸੀਕ੍ਰੀਟ ਜਿਹੜੀ ਸੀਗੀ ਸਕਿਉਰਟੀ ਵਾਲੀ ਗੱਲ ਉਹ ਜਗਜाहिर ਕਰਦੀ ਹੂੰ ਹੂੰ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਦੀ ਹੂੰ ਹੂੰ ਔਰ ਉਹ ਤੋਂ ਅਗਲੇ ਦਿਨ ਜਦੋਂ ਉਹਦੀ ਮੌਤ ਹੁੰਦੀ ਹੈ ਜੀ ਮੌਤ ਤੋਂ ਅਗਲੇ ਦਿਨ ਇਹ ਵੀ ਮਤਲਬ ਉਹਨੇ ਲਿਖਤਾ ਕਿ ਉਹਦੀ ਮੌਤ ਹੋ ਗਈ ਹੂੰ ਉਹ ਵੀ ਹੋ ਗਈ ਉਹ ਇਹ ਹੋ ਗਿਆ ਕੱਲ ਪਹਿਲੀ ਵਾਰ ਕਿਹਾ ਨੇ ਹੂੰ ਹੂੰ ਕਿ ਦੋ ਗੱਲਾਂ ਵੀ ਪਹਿਲਾਂ ਸੁਰੱਖਿਆ ਘਟਾਤੀ ਤੇ ਫਿਰ ਕਹਿੰਦਾ ਵੀ ਉਹਦੀ ਮੌਤ ਵੀ ਹੋ ਗਈ ਜੀ ਉਹਦਾ ਕਤਲ ਹੋ ਗਿਆ ਇਹ ਗੱਲਾਂ ਪਾਤੀਆਂ ਕਹਿੰਦੇ ਵੀ ਇਸੇ ਮਾਮਲੇ 'ਚ ਅਸੀਂ ਲਿਖਤੀ ਤੌਰ ਤੇ ਦੇ ਚੁੱਕੇ ਹਾਂ ਕਿ ਕਾਰਵਾਈ ਕੀਤੀ ਜਾਵੇ ਲੇਕਿਨ ਕਿਸੇ ਨੇ ਕਾਰਵਾਈ ਨਹੀਂ ਕੀਤੀ ਜੀ ਕਹਿੰਦੇ ਜਦੋਂ ਅਸੀਂ ਕਹਿੰਨੇ ਕਾਰਵਾਈ ਕੀਤੀ ਕਹਿੰਦੇ ਸਬੂਤ ਹੂੰ ਹੂੰ ਸਬੂਤ ਦਿਓ ਕਹਿੰਦੇ ਵੀ ਸਬੂਤ ਹੁਣ ਅਸੀਂ ਕਿੱਥੋਂ ਲੱਗੇ ਕਿੱਥੋਂ ਲੱਗੇ ਦੱਸੋ ਸਬੂਤ ਜੇ ਜੇ ਮਦੰਗਿਆ ਨੇ ਸਬੂਤ ਇਕੱਠੇ ਕਰਨੇ ਤਾਂ ਫਿਰ ਇਨਵੈਸਟੀਗੇਟਿੰਗ ਏਜੰਸੀਆਂ ਕੀ ਕਰਦੀਆਂ ਹੂੰ ਹੂੰ ਇਹ ਫਿਰ ਉਹਨੇ ਜਿਹੜਾ ਆਪਣਾ ਦੁੱਖ ਦਰਦ ਜਿਹੜਾ ਜ਼ਾਹਰ ਕੀਤਾ ਤੇ ਉਹ ਕਹਿੰਦੇ ਵੀ ਹੁਣ ਟੁੱਟੇ ਪਏ ਆ ਜੀ ਸਰਕਾਰਾਂ ਤੋਂ ਇਨਸਾਫ ਨਾ ਦੀ ਕੋਈ ਆਸ ਨਹੀਂ ਰਹੀ ਹਮ ਹਮ ਤੇ ਜਿਹੜਾ ਬੰਦਾ ਕਹਿੰਦੀ ਸੱਚ ਬੋਲਣ ਵਾਲਾ ਹੁੰਦਾ ਜੀ ਸੱਚ ਬੋਲਣ ਵਾਲਾ ਬੰਦਾ ਕੋਈ ਬਹੁਤਾ ਲੰਬਾ ਸਮਾਂ ਲੋਕ ਲੋਕ ਰਹਿਣ ਨਹੀਂ ਦਿੰਦੇ ਜਿਵੇਂ ਮਾਰਦ ਦੇ ਤੇ ਅਗਲੀ ਗੱਲ ਉਹਨੇ ਆਪਣੇ ਪਤੀ ਬਾਰੇ ਕੀਤੀ ਪਰ ਉਹ ਤੋਂ ਪਹਿਲਾਂ ਉਹਦੇ ਪਤੀ ਵਾਲੀ ਗੱਲ ਨੂੰ ਆਪਾਂ ਬਾਅਦ ਚ ਗੱਲ ਕਰਦੇ ਹਾਂ ਹਮ ਹਮ ਬਹੁਤ ਵੱਡੇ ਇੱਕ ਜਿਹੜੇ ਹੈਗੇ ਐ ਸਹਿਤਕਾਰ ਆ ਜੀ ਦਾ ਬੜਾ ਵੱਡਾ ਨਾਂ ਹੈ ਸਹਿਦੀ ਦੁਨੀਆ 'ਚ ਜੀ ਜਾਵედ ਅਕਤਰ ਉਹਦਾ ਨਾਂ ਹੈ ਹਮ ਹਮ ਸ਼ਬਾਨਾ ਆਜ਼ਮੀ ਦਾ ਘਰ ਹਸਬੰਡ ਹਾਂਜੀ ਜਾਵედ ਅਕਤਰ ਵੀ ਪਿਛਲੇ ਦਿਨੀ ਅਮਰਸਰ ਆਇਆ ਸੀ ਜੀ ਇੱਕ ਲੰਬੀ ਚੌੜੀ ਉਹਦੀ ਇੰਟਰਵਿਊ ਹੋਈ ਹੈ ਪੱਤਰਕਾਰਾਂ ਨਾਲ ਉਹਨੇ ਗੱਲਬਾਤ ਕਰਦੇ ਕਿ ਹੈ ਉਹਨੇ ਵੀ ਇਹੀ ਗੱਲ ਕਹੀ ਹੈ ਜੋ ਉਹਦੀ ਮਾਂ ਨੇ ਕਹੀ ਹੈ ਜੀ ਕਿ ਸੱਚ ਬੋਲਣ ਵਾਲਾ ਬੰਦੇ ਨੂੰ ਦੁਨੀਆ ਰਹਿਣ ਨਹੀਂ ਦੇਦੀ ਹਮ ਹਮ ਜਬੀਦ ਅਕਤਰ ਨੇ ਕਿਹਾ ਕਹਿੰਦਾ ਵੀ ਇਹ ਉਹ ਮੁੰਡਾ ਹੈ ਹਮ ਹਮ ਸਿੱਧੂ ਮੂਸੇਵਾਲਾ ਜਿਹੜਾ ਸੱਚ ਬੋਲਦਾ ਸੀ ਜੀ ਜੇ ਉਹਦੀ ਉਹ 295 ਵਾਲੀ ਗੱਲ ਵੀ ਆਪਾਂ ਕਰਦੇ ਆਂ ਕਈ ਖੁਸ਼ਿਆ ਐ ਐਸਬੀਐਲ ਦੀ ਗੱਲ ਵੀ ਕਰਦੇ ਉਹਨੇ ਗੱਲਾਂ ਕਰਦਾ ਹੂੰ ਹੂੰ ਅਗਲੀ ਗੱਲ ਉਹਨੇ ਕਹੀ ਉਹ ਕਹਿੰਦਾ ਵੀ ਇਹ ਬੰਦਾ ਕਿੰਨਾ ਪਪੂਲਰ ਸੀ ਜੀ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਦੁਨੀਆ ਦੇ ਉਹ ਲੋਕ ਜਿਹੜੇ ਉਹਦੀ ਜ਼ੁਬਾਨ ਵੀ ਨਹੀਂ ਜਾਣਦੇ ਉਹ ਵੀ ਇਹ ਤੇ ਨੱਚਦੇ ਉਹ ਵੀ ਇਹਦੇ ਤੇ ਨੱਚੀ ਮੈਂ ਅਮਰੀਕਾ ਜਾ ਕੇ ਆਏ ਜੀ ਮੇਰੇ ਜਿਹੜੇ ਹੋਟਲ 'ਚ ਮੈਂ ਰਿਖਿਆ ਉਹਦੇ ਸਾਹਮਣੇ ਜਿਹੜੇ ਆਪਣੇ ਕਾਲੇ ਲੋਕ ਹੈ ਉਹ ਉਹਦੇ ਰੀਮਿਕਸ ਮਾਰ ਕੇ ਨੱਚੀ ਜਾਂਦੇ ਸੀ ਦੱਸੋ ਹਾਂ 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 ਉਹ ਹੀ ਉਹ 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 ਨੇ ਉਹ ਨੇ ਵੀ ਜਾਵੀਦ ਅਖਤਰ ਨੇ ਵੀ ਗੱਲ ਕਹੀ ਹੂੰ ਹੂੰ ਮਤਲਬ ਜੇ ਐਡੇ ਐਡੇ ਕਲਾਕਾਰ ਐਡੇ ਐਡੇ ਗਾ ਹਸਤੀਆਂ ਜੀ ਉਸ ਬੰਦੇ ਦੀ ਗੱਲ ਕਰਦੇ ਤੇ ਫਿਰ ਮਾਂ ਜੀ ਗੱਲ ਕਰਦੀ ਤਾਂ ਕੋਈ ਗੱਲ ਨਹੀਂ ਹੂੰ ਹੂੰ ਦੂਜੀ ਗੱਲ ਦਾਨੇ ਵਾਲਿਆ ਸਭ ਜਿਹੜੀ ਹੈਗੀ ਉਹ ਬੜੀ ਦਰਦਨਾਕ ਹੈ ਜੀ ਪੁੱਤ ਮਰ ਗਿਆ ਹੂੰ ਹੂੰ ਪੁੱਤ ਦੇ ਮਰਨ ਤੋਂ ਬਾਅਦ ਫਿਰ ਲੋਕਾਂ ਨੇ ਹੁਣ ਇਹ ਗੱਲ ੜਾਉਣੀ ਸ਼ੁਰੂ ਕਰ ਦਿੱਤੀ ਯੂਨੇਬਿਚ ਸਰਕਾਰ ਦੇ ਬੰਦੇ ਵੀ ਹੈ ਨਹੀਂ ਜੀ ਨਹੀਂ 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 ਪੈਸੇ ਨਹੀਂ ਵੀ ਇਹ ਬੰਦਾ ਜਿਹੜਾ ਬਲਕੌਰ ਸਿੰਘ ਹੈ ਉਹਦਾ ਪਿਓ ਬਠਿੰਡੇ ਤੋਂ ਪਾਰ ਨਹੀਂ ਚਾਹੁੰਦਾ ਉਹਨਾਂ ਨਾਲ ਨਹੀਂ ਚਾਹੁੰਦਾ ਤੇ ਇਹ ਕਹਿੰਦੇ ਵੀ ਤਾਂ ਹੀ ਫਿਰ ਗਣਾ ਕੀ ਹੈ ਜੇ ਲੜਵੀਂ ਨਹੀਂ 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 ਉਹ ਕਹਿੰਦੇ ਵੀ ਜਿਹੜੀ ਭਾਰਤ ਜੋੜੋ ਯਾਤਰਾ ਰਜੀਵ ગાંધી ਵਾਲੀ ਉਹ ਨਾਲ ਗਿਆ ਉਹ ਤਾਂ ਕਾਂਗਰਸੀ ਪਰਿਵਾਰ ਨਾ 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 ਗਿਆ ਵੀ ਕਿਉਂ ਉਹਨੇ ਕੱਲ ਸਪਸ਼ਟ ਕੀਤਾ ਹਮ ਚਰਨ ਕੌਰ ਨੇ ਕੱਲ ਸਪਸ਼ਟ ਕੀਤਾ ਕਹਿੰਦੀ ਉਹ ਗਿਆ ਹੈ ਹਮ ਕਿਉਂ ਗਿਆ ਸੀ ਉਹੀ ਇਸ ਕਰਕੇ ਗਿਆ ਸੀ ਕੈਨ ਵਾਸਤੇ ਕਿ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਹੈ ਹੂੰ ਹੂੰ ਕਿਉਂਕਿ ਸਿੱਧੂ ਮੂਸੇਵਾਲੇ ਨੇ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਲਈ ਉਹ ਕਾਂਗਰਸ ਪਰਿਵਾਰ ਆ ਮੈਂ ਜਦੋਂ ਉਹਨੇ ਜੁਆਇਨ ਕੀਤਾ ਹੈ ਜੁਆਇਨ ਕਰਨ ਤੋਂ ਬਾਅਦ ਉਹ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਗਿਆ ਹੈ ਹੂੰ ਹੂੰ ਤੇ ਦੋ ਬੰਦੇ ਉਹਨੂੰ ਲੈ ਕੇ ਗਏ ਆ ਰਾਹੁਲ ਗਾਂਧੀ ਨੂੰ ਮਲਾਉਣ ਵਾਸਤੇ ਨਵਜੋਤ ਸਿੱਧੂ ਤੇ ਰਾਜਾ ਬੜਿੰਗ ਹੂੰ ਹੂੰ ਉਦੋਂ ਨਵਜੋਤ ਸਿੰਘ ਉਹ ਸਿੱਧੂ ਕਾਂਗਰਸ ਦਾ ਪ੍ਰਧਾਨ ਸੀ ਜੀ ਰਾਜਾ ਬੜਿੰਗ ਜਿਹੜਾ ਹੈਗਾ ਨਹੀਂ ਪ੍ਰਧਾਨ ਸੀਗਾ ਹੂੰ ਹੂੰ ਪਰ ਰਾਜਾ ਬੜਿੰਗ ਦੀ ਵੀ ਇਸ ਪਰਿਵਾਰ ਨਾਲ ਨੇੜਤਾ ਹੈ ਨੇੜਤਾ ਬਿਲਕੁਲ ਹੁਣ ਭ ਰਹ ਨਵਜੂਦ ਸਿੱਧੂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਸੀ ਕਿ ਜੇ ਉਹ ਰਿਹਿਆ ਹੁੰਦਾ ਤੇ ਉਹਨੇ ਵੀ ਇੱਥੇ ਹਣਾ ਸੀ ਇੱਥੇ ਆਉਣਾ ਸੀ ਠੀਕ ਹੈ ਇਧਰੋਂ ਰਾਜਾ ਬਣਿੰਗ ਜਿਹੜਾ ਹੈਗਾ ਰਾਜਾ ਬਣਿੰਗ ਤਾਂ ਲਗਾਤਾਰ ਆਉਂਦਾ ਹੈ ਇਹਦਾ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਹੂੰ ਹੂੰ ਜੇ ਰਾਹੁਲ ਗਾਂਧੀ ਗਾਹੇ ਬਗਾਹੇ ਟੈਲੀਫੋਨ ਕਰਕੇ ਪਰਿਵਾਰ ਤੋਂ ਪੁੱਛਦਾ ਕਿ ਤੁਹਾਡਾ ਹਾਲ ਚਾਲ ਕੀ ਹੈ ਜੀ ਉਹ ਭਾਰਤ ਜੁੜੋ ਯਾਤਰਾ ਤੇ ਆਉਂਦਾ ਤੇ ਇਹਦਾ ਬਾਪ ਚਲਾ ਗਿਆ ਤੇ ਉਹਦੇ ਨਾਲ ਫਿਰ ਕਿੱਡੀ ਕਬੱਡੀ ਗੱਲ ਪਰ ਉਹਨੇ ਸਪਸ਼ਟ ਕਰ ਦਿੱਤਾ ਚਰਨ ਕੌਰ ਨੇ ਕਿ ਮੇਰਾ ਘਰ ਵਾਲਾ ਕਦੇ ਵੀ ਉਸ ਸਿਆਸਤ ਦੇ ਵਿੱਚ ਪੈਰ ਨਹੀਂ ਰੱਖੂਗਾ ਜਿਹੜੀ ਸਿਆਸਤ ਨੇ ਸਾਡਾ ਪੁੱਤ ਵੀ ਹੋਰ ਇਹ ਉਹਨੇ ਮਤਲਬ ਕੱਲ ਬੜੀ ਸਪਸ਼ਟ ਤੌਰ ਤੇ ਗੱਲ ਕਹੀ ਹੈ ਔਰ ਉਹਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਗੁੱਸਾ ਬੁਖਲਾਹਟ ਰੰਜ ਉਹ ਸਾਰਾ ਕੁਝ ਚਲਕਦਾ ਹੈ ਸੋ ਕੁਝ ਵਪਾਰਕ ਸਨੇਹ ਦੇ ਲਈ ਜੀ ਸਭ ਤੇ ਫਿਰ ਜੁੜਦੇ ਜੇਕਰ ਤੁਸੀਂ ਵੀ ਸਾਡੇ ਰੇਡੀਓ ਦੇ ਨਾਲ ਰੇਡੀਓ ਪੰਜਾਬ ਟੂਡੇ ਦੇ ਨਾਲ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 97801 ਅਕਤਾਲੀ ਸਤ ਸੋਕਤਾਲੀ ਦੇ ਕੋਲ ਕਰਦੇ। ਟੈਂਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ? ਫਿਕਰ ਨਾ ਕਰੋ। ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ਼ ਕੀਤੇ ਬਿਨਾਂ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਅਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜ ਇਹ ਸੈਟ ਲਾਈਟ weight ਨੈਕਲੇਸ ਚੇਨ ਕੜੇ ਚੂੜੀਆਂ ਨਗਾ ਵਾਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੈਨਿਊ ਸਾਊਥ ਈਸਟ ਕੈਂਟ मेरे वीर मैं बस एक गल दस आज जी तू ट्रेवलिंग करकिंग रोटी ठेका लॉन्ड्री शावर ट्रक हो सामान आसानी मिलेगा हूने कॉल करो तीन सो साठ छो बवंजा साठ छिया आठ यानी थ्री सिक्स जीरो टू सिक्स जीरो सिक्स सिक्स एक दो लोकेशन तो सेवा में प्रदान करते हैं सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कात सौ सतानवे तेईस चौर ਵਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ ਕਿਸੇ ਵੀ ਤਰ੍ਹਾਂ ਦੀ ਕੋਟੀ ਫਲੈਟ ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ ਸੌਦਾ ਬੈਠੇ-ਪਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ ਨੰਬਰ ਹੈ DH ਰੀਅਲ ਅਸਟੇਟ ਦਾ 987 7807058+91 ਇੰਡੀਆ ਦਾ ਕੋਡ ਲਾਉਣਾ WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਆ 98777507058 DH ਰੀਅਲ ਅਸਟੇਟ ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ ਪਲਾਟ ਕੋਟੀ ਜਾਂ ਫਿਰ ਫਲੈਟ Tracking wale a virotia, nalsuno. Track a jidana bicholonio. Manual ja automatic. Quick truck lube. Chete ahinara kyo. Track a di badia service lay. Quick Track truck lube. Logi TG location bicoltia. Exit five seven nine from highway 401 in Napani Ahoji Ahogi. appointment nay. Drive through facility. Exit five seven nine from highway 401 in Napani Quick truck lube. The one stop shop. Five one nine six two two zero six six zero Jakquick a QTL. Because we care. 3 -3 ट्रक यू स्टेट लाइन ट्रक एंड ट्रेलर वर्जीनिया स्टेट लाइन ਤੇ ਲੈ ਕੇ ਆਏ ਨੇ ट्रक एंड ट्रेलर रिपेयर शॉप इंटरस्टेट 81 ਦੇ ਐਗਜ਼ਿਟ 323 ਆਪੋਜ਼ਿਟ फ्लाइंग जेट ट्रक शॉप ਜਿੱਥੇ ট্রাকਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ট্রাক ਰਿਪੇਅਰ ਲਈ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050 ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੋੜ ਤੋਂ ਸਵਾਗਤ ਹੈ ਤੇ ਢਿੱਲੋ ਸਭ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨਾਂ ਨੇ ਕਹਿੰਦੇ 15 ਥਾਵਾਂ ਦੇ ਉੱਤੇ ਰੇਲ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਬਿਲਕੁਲ ਜੀ ਇਹ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਹੈ ਜਿਹੜੀ ਹੂੰ ਹੂੰ ਉਹਨਾਂ ਨੇ ਕੱਲ 3 ਘੰਟਿਆਂ ਦੇ ਲਈ ਜੀ ਰੇਲ ਦੀ ਜਿਹੜੀ ਹੈਗੀ ਆਵਾਜਾਈ ਰੋਕੀ ਸੀ ਹੂੰ ਹੂੰ ਔਰ ਇਹ ਜਿਹੜੀ ਆਵਾਜਾਈ ਰੋਕੀ ਸੀ ਉਹਨਾਂ ਨੇ ਇਹ 12 ਜ਼ਿਲ੍ਹਿਆਂ 'ਚ 15 ਸਮਾਂ 'ਚ ਰੁਕੀ ਹੈ ਹਮਮ ਔਰ ਹਜ਼ਾਰਾਂ ਮੁਸਾਫਿਰ ਇਸ ਲਈ ਪਰੇਸ਼ਾਨ ਹੋਏ ਜੀ ਜਿਹੜੀ ਮੁਸਾਫਰਾ ਨੂੰ ਪਰੇਸ਼ਾਨੀ ਹੋਈ ਹੈ ਇਸ ਪਰੇਸ਼ਾਨੀ ਦੇ ਮੁੱਦੇ ਨੂੰ ਲੈ ਕੇ ਕਿਸਾਨ ਆਗੂ ਨਾਲ ਗੱਲ ਕੀਤੀ ਜੀ ਜਿਹੜੇ ਮਿਸਟਰ ਪੰਨੂ ਜਿਹੜੇ ਕੋਲ ਨਾਲ ਦਿੱਤਾ ਕਾਰ ਬਲ ਦੀ ਮੋਟੋ ਕੀ ਸਤਨਾਮ ਸਿੰਘ ਪੰਨੂ ਰਹਿੰਦੇ ਤੇ ਉਹਨਾਂ ਦੇ ਦੂਜੇ ਜਿਹੜੇ ਹੈਗੇ ਹੈ ਜਨਰਲ ਸੈਕਟਰੀ ਉਹ ਆਪੰਦੇਰ ਹਮਮ ਬੰਦੇਰ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਜਿਹੜਾ ਇਹ ਕੁਛ ਕੀਤਾ ਇਹ ਤੁਹਾਨੂੰ ਕਰਨ ਦੀ ਕੀ ਲੋੜ ਸੀ ਜੀ ਜਦੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਡੀਆਂ ਗੱਲਾਂ ਸੁਣਨ ਨੂੰ ਤਿਆਰ ਹਾਂ ਭਾਈ ਸਾਹਿਬ ਨੂੰ ਆ ਕੇ ਗੱਲਾਂ ਦੱਸੋ ਮੈਂ ਦੱਸੋ ਬਿਲਕੁਲ ਭਗਵੰਤ ਸਿੰਘ ਮਾਨ ਹੁਰਾ ਨੇ ਕਹਿਤਾ ਸੀ ਕਿ ਤੁਸੀਂ ਸੜਕਾਂ 'ਨਾ ਰੁਕੋ ਹੂੰ ਹੂੰ ਤੁਸੀਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਰੇ ਜਾ ਕੇ ਭਾਈ ਧਰਨੇ ਮਾਰ ਸਕਦੇ ਹੋ ਸਾਡੇ ਘਰ ਕੇ ਰਲੋ ਸਾਡੇ ਐਮਐਲਏ ਦੀ ਘੇਰ ਲੋ ਵਜ਼ੀਰਾਂ ਦੇ ਘੇਰ ਲੋ ਇੱਥੋਂ ਤੱਕ ਕੇ ਮੁੱਖ ਮੰਤਰੀ ਦਾ ਘਰ ਘੇਰ ਲੋ ਆ요 ਲੁਕਾ ਨੂੰ ਡਿਸਟਰਬ ਨਾ ਕਰੋ ਕਹਿੰਦੇ ਵੀ ਤੁਸੀਂ ਐਦਾ ਜਵਾਬ ਦਿਓ ਹੂੰ ਹੂੰ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਵੀ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਕੇਂਦਰ ਨਾਲ ਵੀ ਸੰਬੰਧਤ ਹੈ ਤੇ ਪੰਜਾਬ ਨਾਲ ਵੀ ਸੰਬੰਧਤ ਜੀ ਨੰਬਰ 1 ਜੀ ਕਹਿੰਦੇ ਅਸੀਂ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦਿੱਤੇ ਹੂੰ ਹੂੰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਛਾ ਜੀ ਫੇਰ ਕਹਿੰਦੇ ਜੀ ਅਸੀਂ ਟੋਲ ਪਲਾਜ਼ੇ ਰੋਕੇ ਫੇਰ ਵੀ ਨਹੀਂ ਸੁਣਿਆ ਸਾਡਾ ਟੋਲ ਪਲਾਜ਼ਿਆਂ ਦੇ ਵਿੱਚ ਅਸੀਂ ਲੋਕਾਂ ਦੀਆਂ ਗੱਡੀਆਂ ਤਾਂ ਮੁਫਤ ਟਪਾਂਗੇ ਹੂੰ ਹੂੰ ਜੇ ਕੰਮ ਰੁਕੇ ਤਾਂ ਟੋਲ ਪਲਾਜ਼ਾ ਵਾਲਿਆਂ ਦਾ ਰੁਕੇ ਹੂੰ ਟੋਲ ਪਲਾਜ਼ਾ ਵਾਲਿਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨਾਲ ਗੱਲ ਕੀਤੀ ਜੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਜਿਹੜਾ ਘਾਟਾ ਪਿਆ ਹੂੰ ਉਹਦਾ ਹਰਜਾਨਾ ਤੁਸੀਂ ਭਰੋ ਹੂੰ ਹੂੰ ਉਹ ਹਰਜਾਨਾ ਭਰੋ ਕਹਿੰਦੇ ਇਹ ਸਾਰੀ ਗੱਲ ਹੋ ਗਈ ਇਹਦੇ باوجود ਵੀ ਨਾ ਭਾਰਤ ਸਰਕਾਰ ਨੇ ਸਾਡੇ ਨਾਲ ਗੱਲ ਕੀਤੀ ਤੇ ਨਾਦਰ ਨੇ ਕੀਤੀ ਹੈ ਪੰਜਾਬ ਸਰਕਾਰ ਨੇ ਹੂੰ ਹੂੰ ਫਿਰ ਕਹਿੰਦੇ ਵੀ ਅਸੀਂ ਅੱਕ ਕੇ ਜੀ ਇਥੇ ਲੋ ਜਿਹੜੀ ਹੈਗੀ ਐ ਕਲਲੇ ਥਾਂ ਤੇ ਸੱਟ ਮਾਰ ਗਈ ਸ਼ਾਇਦ ਸੁਣ ਲੈਣ ਕਹਿੰਦੇ ਵੀ ਅਸੀਂ ਇਸ ਕਰਕੇ ਹਮਮ ਅਗਲੀ ਗੱਲ ਉਹ ਕਹਿੰਦੇ ਵੀ ਅਸੀਂ ਐਲਾਨ ਪਹਿਲਾਂ ਹੀ ਕੀਤਾ ਸੀ ਕਿ ਅਸੀਂ ਘਟਨਾ ਰੋਕਾਂਗੇ ਔਰ ਉਸ ਐਲਾਨ ਦੇ ਮੱਦੇ ਨਜ਼ਰ ਪਾਵੇਂ ਸਾਨੂੰ ਤਖਲੀਪ ਜਿਹੜੀ ਲੋਕਾਂ ਨੂੰ ਹੋਈ ਹੈ ਉਹਦਾ ਸਾਨੂੰ ਦੁੱਖ ਹੈ ਹਮਮ ਅਸੀਂ ਖਿਮਾ ਦੇ ਜਾਚਕਾਂ ਵਗੈਰਾ ਵਗੈਰਾ ਲੇਕਿਨ ਸਰਕਾਰਾਂ ਜਿਹੜੀਆਂ ਉਹ ਸੁਣਵਾਈ ਨਹੀਂ ਕਰਦੀਆਂ ਜੀ ਤੇ ਦਾਨੀਅਲ ਗਿਆ ਸਾਹਿਬ ਇਹ ਗੱਲ ਬਿਲਕੁਲ ਠੀਕ ਹੈ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜੇ ਸਿੱਧੀ ਉਂਗਲੀ ਨਾ ਕਿ ਉਹ ਨਾ ਨਿਕਲ ਜਦੋਂ ਟੇਢੀ ਕਰਨੀ ਪੈਦੀ ਹੈ ਉਹ ਕਹਿੰਦੇ ਸਾਡੀ ਮਜਬੂਰੀ ਸੀ ਸਾਨੂੰ ਇੱਕ ਗੱਲ ਟੇਢੀ ਕਰਨੀ ਪਈ ਹੁਣ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਆ ਉਹ ਕਹਿੰਦੇ ਸਾਡੀਆਂ ਡਿਮਾਂਡਸ ਜਿਹੜੀਆਂ ਭਾਰਤ ਸਰਕਾਰ ਨਾਲ ਵੀ ਹੈ ਪੰਜਾਬ ਸਰਕਾਰ ਨਾਲ ਵੀ ਹੈ ਜੀ ਭਾਰਤ ਸਰਕਾਰ ਨਾਲ ਤਾਂ ਸਾਡੀ ਕਹਿੰਦੇ ਜਿਹੜੀ ਜਿਹੜੀ ਡਿਮਾਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਇਆ ਗਿਆ ਸੀ ਦਿੱਲੀ ਦੇ ਆਲੇ ਦੋਲੇ ਧਰਨਾ ਹੂੰ ਹੂੰ ਉਸ ਧਰਨੇ ਦੇ ਦੌਰਾਨ ਜੋ ਧਰਨਾ ਚੁੱਕਿਆ ਗਿਆ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਤਾਂ ਐਸੀ ਆਪਾਂ ਵੀ ਬੜੀ bari ਗੱਲ ਕਹੀ ਹੈ ਕਿ ਕਿਸਾਨਾਂ ਦੀ ਲੜਾਈ ਕਾਲੇ ਕਾਨੂੰਨਾਂ ਖਿਲਾਫ ਤਾਂ ਹੈ ਹੀ ਨਹੀਂ ਇਹ ਤਾਂ ਉਹਨਾਂ ਦੇ ਸਿਰ 'ਤੇ ਡਾਂਗ ਮਾਰੀ ਸੀ ਡਾਂਗ ਮਾਰੀ ਸੀ ਉਹ ਡਾਂਗ ਦਾ ਉਹਨਾਂ ਨੇ ਬਚਾਅ ਕੀਤਾ ਸੀ ਵੀ ਭਾਈ ਹੁਣ ਕੀ ਕਰੀਏ ਆਪਦਾ ਮਤਲਬ ਪੱਟੀ ਦਾ ਕਰਾਉਣੀ ਹੈ ਹੂੰ ਹੂੰ ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਕਾਲੇ ਕਾਨੂੰਨ ਆਉਣਗੇ ਹੂੰ ਹੂੰ ਆ ਹੁਣ ਤੁਹਾਨੂੰ ਕਿ ਰੌਲਾ ਦਿੱਸੀ ਜਾਂਦਾ ਹੈ ਨਾ ਅੱਜਕੱਲ ਉਹ ਹਿੰਡਰਸਨ ਕੰਪਨੀ ਵਾਲਿਆਂ ਨੇ ਦਾਸਤਾ ਜੀ ਵੀ ਆ ਜਿਹੜੀ ਅਡਾਨੀ ਦਾ ਹੈਗਾ ਤੁਹਾਡਾ ਗਰੁੱਪ ਹਾਂ ਅਡਾਨੀ ਗਰੁੱਪ ਹਾਂ ਅਡਾਨੀ ਗਰੁੱਪ ਨੇ ਕਿੱਡੇ ਵੱਡੇ ਪਦਰ ਦੇ ਉੱਤੇ ਲੋਕਾਂ ਨਾਲ ਧੋਖਾ ਦੇ ਹੀ ਕੀਤੀ ਹੈ ਅੱਛਾ ਤਾਂ ਕਿ ਰੁੜੇ ਆਉਂਦਾ ਇਹਦਾ ਤਾਂ ਕਿ ਰੁੜੇ ਆਉਂਦਾ ਨਾ ਵੀ ਇਹਨਾਂ ਨੇ ਸਾਰਾ ਕੁਛ ਜਿੰਨਾ ਸਰਮਾਇਆ ਇਹਨਾਂ ਕੋਲੇ ਹੈਗਾ ਇਹ ਅਸਲ ਚ ਉਹਨਾਂ ਸਰਮਾਇਆ ਹੈ ਨਹੀਂ ਹੂੰ ਹੂੰ ਇਹ ਦਿਖਾਉਂਦੇ ਜਿਆਦਾ ਹੈ ਔਰ ਉਹਦੇ ਨਾਲ ਕੱਲਾ ਮਤਲਬ ਆਮ ਲੋਕਾਂ ਨੂੰ ਜਿਹੜੀ ਅਡਾਨੀ ਗਰੁੱਪ ਨਹੀਂ ਅਡਾਨੀ ਗਰੁੱਪ ਦੀ ਵਜ੍ਹਾ ਕਾਰਨ ਦੋ ਵੱਡੀਆਂ ਸਰਕਾਰੀ ਕੰਪਨੀਆਂ ਹੂੰ ਹੂੰ ਐਲਏਸੀ ਹੂੰ ਉਹਦਾ ਹੀ ਬੇੜਾ ਬਹਿ ਗਿਆ ਐਸਵੀਆਈ ਉਹ ਉਹਨਾਂ ਦੀ ਵੀ ਇਨਵੈਸਟਮੈਂਟ ਸ਼ੇਅਰ ਉਹਨਾਂ ਨੇ ਵੀ ਬਹੁਤ ਖਰੀਦੇ ਵੀ ਹੈ ਇਹਦੇ ਵਿੱਚ ਇਹਦੇ ਵਿੱਚ ਖਰੀਦੇ ਕਿ ਹੈ ਬ ਕਹਿ ਕੇ ਸਰਕਾਰਾਂ ਨੇ ਕਹਿ ਕੇ ਉਹਨਾਂ ਨੂੰ ਕੀ ਆਉਣਾ ਵੀ ਖਰੀਦ ਲਓ ਲਓ ਦੋਨੇ ਸਰਕਾਰੀ ਹੋਰ ਤਾਂ ਕੋਈ ਸਮਝਦਾਰ ਨਹੀਂ ਲਾਉਂਦਾ ਉਹਦੇ ਨਾਲ ਵੀ ਉਹਦੇ ਜਿਹੜੇ ਤੁਹਾਡੇ ਮਿਊਚੁਅਲ ਫੰਡ ਆ ਉੜ ਜਾਣ ਜਿਹੜਾ ਅਡਾਨੀ ਜਿਹੜਾ ਅਡਾਨੀ ਤੀਜੇ ਦੁਨੀਆ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਅਮੀਰ ਸੀ ਹੂੰ ਉਹਦਾ ਹੁਣ ਡਾਊਨ ਹੋ ਕੇ ਸੱਤਵੇਂ ਨੰਬਰ ਤੇ ਆ ਗਿਆ ਕਿਹਨਾਂ ਤਾਂ ਪਹਿਲੇ ਨੰਬਰ ਤੇ ਹੀ ਜਾਵੜਾ ਸੀ ਮੈਨੂੰ ਲੱਗਦਾ ਨਹੀਂ ਪਹਿਲੇ ਤੇ ਗਿਆ ਨਹੀਂ ਸੀਗਾ ਪਹਿਲੇ ਤੇ ਨਹੀਂ ਏਸ਼ੀਆ ਦੇ ਵਿੱਚ ਦੂਜੇ ਨੰਬਰ ਤੇ ਸੀ ਏਸ਼ੀ ਦੁਨੀਆ ਦੇ ਵਿੱਚ ਦੀ ਜਿਹੜੇ ਨੰਬਰ ਤੇ ਸੀ ਉਹ ਹੁਣ 7ਵੇਂ ਨੰਬਰ ਤੇ ਆ ਗਿਆ ਹੂੰ ਹੂੰ ਖੈਰ ਉਹ ਵੀ ਜੇ ਆਪਾਂ ਦੇਖੀ ਤਾਂ ਕਾਦੀ ਖਾਤਰ ਸੀ ਜੀ ਜਿਹੜੇ ਕਾਲੇ ਕਾਨੂੰਨ ਆਏ ਸੀ ਉਹ ਕਾਲੇ ਕਾਨੂੰਨ ਐਸੇ ਕਰਕੇ ਆਏ ਸੀ ਹੂੰ ਹੂੰ ਕਿ ਆ ਜਮੀਨਾਂ ਵਾਲਾ ਕਾਰੋਕਾਰ ਸਾਰਾ ਦੇ ਦਿੱ ਗਏ ਤੇ ਫਿਰ ਮੇਰਾ ਖਿਆਲ ਵੀ ਨਾ ਜਮੀਨਾਂ ਤੇ ਵੀ ਕਰਜ਼ਾ ਲਾ ਲਾਂਗੇ ਕਰਜ਼ਾ ਲੈ ਲਾਂਗੇ ਬਿਲਕੁਲ ਬਿਲਕੁਲ ਠੀਕ ਹੈ ਇਹ ਸਾਰਾ ਕੁਝ ਹੋ ਹੀ ਸੀ ਉਹ ਹੁਣ ਕਹਿੰਦੇ ਵੀ ਜਿਹੜਾ ਕਰਜ਼ਾ ਜਿਹੜਾ ਜਿਹੜਾ ਇਹ ਕਾਲੇ ਕਾਨੂੰਨ ਵਾਲਾ ਮਾਮਲਾ ਤਾਂ ਉਹਨਾਂ ਨੇ ਇਹਨਾਂ ਨੂੰ ਜਿਹੜਾ ਕਾਰਪੋਰੇਟਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕੀਤਾ ਸੀ ਸਾਡੀ ਖਾਤਰ ਤਾਂ ਕੀਤਾ ਕੁਝ ਨਹੀਂ ਸੀ ਸਾਡੀ ਤਾਂ ਲੜਾਈ ਇਹ ਸੀ ਕਿ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੇ ਮੁਤਾਬਕ ਸਾਨੂੰ ਐਮਐਸਪੀ ਦਿੱਤਾ ਜਾਵੇ ਜੀ ਤੇ ਐਮਐਸਪੀ ਵੀ ਜਿਹੜਾ ਹੈਗਾ ਉਹਦੇ ਚ ਉਹਨਾਂ ਨੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਨੇ ਕਿਹਾ ਸੀ ਕਿ ਜਿੰਨੀ ਲਾਗਤ ਆਉਂਦੀ ਹੈ ਜੀ ਇੱਕ ਕੁਇੰਟਲ ਕਣਕ ਪੈਦਾ ਕਰਨ ਵਾਸਤੇ ਜਾਂ ਇੱਕ ਕੁਇੰਟਲ ਝੋਨਾ ਪੈਦਾ ਕਰਨ ਵਾਸਤੇ ਕੋਈ ਵੀ ਜਿਹੜੀ ਉਪਜ ਕਸਾਨੀ ਕਰਦੀ ਹੈ ਹੂੰ ਹੂੰ ਉਦੇ ਤੇ ਜਿੰਨਾ ਖਰਚ ਆਉਂਦਾ ਉਸ ਖਰਚ ਦਾ 1.5 ਗੁਣਾ ਤੁਸੀਂ ਜੀ ਉਹਨਾਂ ਨੂੰ ਦਿਓਗੇ ਤਾਂ ਜਾ ਕੇ ਉਹਨਾਂ ਦਾ ਕੋਟਾ ਜਿਹਾ ਪੂਰਾ ਹੋਊਗਾ ਪੂਰਾ ਹੋਊਗਾ ਅੱਛਾ ਮੁਨਾਫਾ ਨਹੀਂ ਹੋਣਾ ਕੋਟਾ ਜਿਹਾ ਪੂਰਾ ਹੋਈ ਤੁਸੀਂ ਇੰਨਾ ਕਿ ਦਾ ਘਟੋ ਘਟ ਦਿਓ ਹੂੰ ਹੂੰ ਅਗਲੀ ਗੱਲ ਉਹਨਾਂ ਨੇ ਕਹਿ ਸੀ ਕਿ ਦੋ ਫਸਲਾਂ ਤੇ ਨਹੀਂ ਚਾਹੀਦਾ ਸਗੋਂ ਸਾਰੀਆਂ ਫਸਲਾਂ ਦੇ ਦਿਓ ਟੋਟਲ 23 ਫਸਲਾਂ ਬਣ ਗਏ ਹੂੰ ਹੂੰ ਇਹਦੇ ਤੇ ਦੇਣੀ ਚਾਹੀਦੀ ਹੈ ਫਿਰ ਉਹਨੇ ਇੱਕ ਹੋਰ ਗੱਲ ਕਹੀ ਜੀ ਉਹ ਨਾਲ ਇੱਕ ਬੀਜੇਪੀ ਵਾਲਾ ਵੀ ਨੋਵੇਟ ਕਰਦਾ ਸੀ ਜਦੋਂ ਆਮਾਦਵੀ ਪਾਰਟੀ ਦਾ ਬੁਲਾਰਾ ਕਹਿੰਦਾ ਸੀ ਵੀ ਸਾਡਾ ਕੀ ਕਸੂਰ ਹੈ ਹੂੰ ਹੂੰ ਉਹ ਕਹਿੰਦਾ ਭਾਈ ਚुटकी ਤਾਂ ਤੁਸੀਂ ਮਾਰਦੇ ਸੀ ਵੀ ਸਰਕਾਰ ਦਿਓ ਘੰਟੇ ਚ ਅੱਧੇ ਘੰਟੇ ਚ 23 23 23 ਫੈਸਲੇ ਦੇ ਦੇਵਾਂਗੇ ਹਾਂ ਹਾਂ ਆ ਬੀਬੀ ਗਗਨਾ ਨੂੰ ਮੋਲ ਮਾਰਨੀ ਕਿ ਐਸੀ ਹੈ ਨਾ ਇਹ ਕੁਰਸੀ ਛੱਡੋ ਸਾਡੇ ਕਰੋ ਹਵਾਲੇ ਅੱਧੇ ਘੰਟੇ ਚ 23 ਫੈਸਲੇ ਦੇ ਦੇ ਤੁਸੀਂ ਕਿਉਂ ਨਹੀਂ ਦੇ ਤੁਸੀਂ ਚੁਟਕੀਆਂ ਕਿਉਂ ਮਾਰਦੇ ਸੀ ਨਾਲ ਅਗਲੀ ਗੱਲ ਫਿਰ ਉਹ ਕਹਿੰਦੇ ਆ ਕਹਿੰਦੇ ਜੀ ਚਲੋ ਬਾਕੀ ਗੱਲ ਛੱਡ ਦਿਓ ਹਾਂ ਹਾਂ ਜਿਹੜੇ ਰੇਲਵੇ ਪੁਲਿਸ ਨੇ ਪਰਚੇ ਦਰਜ ਕੀਤੇ ਜੀ ਉਹ ਪਰਚੇ ਕਿਉਂ ਨਹੀਂ ਖਾਰਜ ਹੋਏ ਹਾਂ ਹਾਂ ਪੰਜਾਬ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਮੁਆਵਜ਼ਾ ਵੀ ਦਿੱਤਾ ਅਸੀਂ ਨੌਕਰੀਆਂ ਵੀ ਦਿੱਤੀਆਂ ਜਿਹੜੇ ਕਿਸਾਨ ਉਹ ਕਹਿੰਦੇ ਜੀ ਇਹ ਤੁਹਾਡਾ ਕੁਝ ਨਹੀਂ ਜੀ ਉਹ ਕਹਿੰਦੇ ਇਹ ਤਾਂ ਕੈਪਟਨ ਸਰਕਾਰ ਵਾਲੀ ਹੋ ਗਿਆ ਸੀ ਹੂੰ ਹੂੰ ਨੌਕਰੀਆਂ ਦੇਣ ਵਾਲੀ ਗੱਲ ਵੀ ਉਹਦੀ ਸ਼ੁਰੂ ਹੋ ਗਈ ਸੀ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਵਾਲੀ ਗੱਲ ਵੀ ਸ਼ੁਰੂ ਹੋ ਗਈ ਸੀ ਐਨੀ ਗੱਲ ਤੋਂ ਕਹਿੰਦੇ ਪਰ ਦਾਨੇ ਵਾਲਿਆ ਸਾਹਿਬ ਮੈਨੂੰ ਇੱਕ ਗੱਲ ਹੋਰ ਬੜੀ ਵਧੀਆ ਲੱਗਦੀ ਹੈ ਹੂੰ ਹੂੰ ਇੱਕ ਬੜੇ ਵੱਡੇ ਜਰਨਲਿਸਟ ਆ ਹਮੀਰ ਸਿੰਘ ਹੁਣੀ ਉਹ ਐਕਟਿਵਿਸਟ ਵੀ ਹੈ ਜੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਵੀ ਥੋੜਾ ਜਿਆ ਇਤਰਾਜ਼ ਕੀਤਾ ਹੈ ਅੱਛਾ ਹੀ ਉਹ ਕਹਿੰਦੇ ਵੀ ਤੁਸੀਂ ਇਹ ਗੱਲ ਤਾਂ ਕਹਿੰਦੇ ਕਿ ਜਿਹੜੇ ਅੰਦੋਲਨ ਦੇ ਵਿੱਚ ਚਾਹੇ ਦਿੱਲੀ ਬੰਦੇ ਮਰ ਕੇ ਸ਼ਹੀਦ ਹੋ ਗਏ ਹੂੰ ਹੂੰ ਚਾਹੇ ਕਿਸੇ ਅੰਦੋਲਨ ਚ ਉਹਨਾਂ ਦਾ ਤੁਸੀਂ 10 ਲੱਖ ਮਰ ਮੰਗ ਲੈਣ ਹੂੰ ਹੂੰ ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨੇ ਯੂਨੀਵਰਸਿਟੀਆਂ ਨੇ ਅੰਕੜੇ ਦਿੱਤੇ ਐ ਹੂੰ ਹੂੰ ਉਹਨਾਂ ਅੰਕੜਿਆਂ ਦੇ ਮੁਤਾਬਕ ਹਜ਼ਾਰਾਂ ਬੰਦੇ ਪੰਜਾਬ ਦੇ ਵਿੱਚ ਜਿਹੜੇ ਖੁਦਕਸ਼ੀਆਂ ਕਰਕੇ ਮਰ ਗਏ ਉਹਨਾਂ ਲਈ ਕੁਝ ਨਹੀਂ ਮੰਗਦੇ ਕਿਸਾਨ ਵੀ ਤੇ ਖੇਤ ਮਜ਼ਦੂਰ ਵੀ ਤੇ ਉਹਨਾਂ ਵਾਸਤੇ ਤੁਸੀਂ ਭਾਈ ਕਿਉਂ ਨਹੀਂ ਮੰਗਦੇ ਹੂੰ 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 ਤੁਹਾਨੂੰ ਆਪਣਾ ਜਿਹੜਾ ਹੈਗਾ ਘੋਲ ਨੂੰ ਵਿਸ਼ਾਲ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਉਹ ਚੀਜ਼ਾਂ ਲੈ ਕੇ ਉਹਨਾਂ ਚਾਹੀਦੀਆਂ ਇਕ ਤਰ੍ਹਾਂ ਉਹਨਾਂ ਦੀ ਗੱਲ ਇਹ ਹੈ ਜੀ ਹੂੰ ਹੂੰ ਦੂਜੀ ਗੱਲ ਉਹ ਕਹਿੰਦੇ ਵੀ ਜਿਹੜੇ ਸਾਡੇ ਗੰਨੇ ਦਾ ਭਾਅ ਨਹੀਂ ਵਧਾਇਆ ਹੂੰ ਹੂੰ ਪਿਛਲੇ ਕਾਫੀ ਸਮੇਂ ਤੋਂ ਕਰਦੇ ਦਾ ਭਾਰ ਇਹਦਾ ਇਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਜੀ ਭਾਰਤ ਸਰਕਾਰ ਨਾਲ ਸਾਡਾ ਜਿਹੜਾ ਹੈਗਾ ਉਹ ਹੈਗਾ ਵੀ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਲੋਕਾਂ ਦੇ ਪਰਚੇ ਦਰਜ ਹੋਏ ਆ ਉਹ ਪਰਚੇ ਰੱਦ ਕੀਤੇ ਜਾਣ ਹੂੰ ਹੂੰ ਬਾਕੀ ਸੂਬਿਆਂ ਦੇ ਜਿਹੜੇ ਲੋਕ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਦਿੱਤੇ ਉਦੋਂ ਵੀ ਵੱਡੀ ਗੱਲ ਜੀ ਵੀ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਹੂੰ ਹੂੰ ਜਿਹਦੇ ਪੁੱਤ ਨੇ ਉਥੇ ਪੰਜ ਕਿਸਾਨ ਹੂੰ ਚਾਰ ਕਿਸਾਨ ਤੇ ਇੱਕ ਪੱਤਰਕਾਰ ਗੱਡੀਆਂ ਥੱਲੇ ਦੇ ਜਿੱਕੇ ਮਾਰੇ ਐ ਉਹਨੂੰ ਅਜੇ ਤੱਕ ਤੁਸੀਂ ਕੈਬਨਿਟ ਚ ਰੱਖੀ ਬੈਠੇ ਹੋ ਹਾਂ ਉਹਦਾ ਵੀ ਕਰੋ ਉਹ ਸਾਡੇ ਜ਼ਖਮਾਂ ਦੇ ਉੱਤੇ ਤੁਸੀਂ ਨਮਕ ਕਿਉਂ ਛਿੜਕਦੇ ਹੋ ਉਹਨੂੰ ਕੈਬਨਿਟ ਚੋਂ ਕੱਢੋ ਹੁਣ ਤੁਸੀਂ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਆਪਣੀ ਅਸਰ ਸੁਖ ਵਰਤ ਕੇ ਹੂੰ ਹੂੰ ਉਹਨੂੰ ਚਾਰ ਹਫ਼ਤਿਆਂ ਦੀ ਇੰਟਰਮ ਬੇਲ ਵੀ ਦਵਾਤੀ ਜੀ ਹੂੰ ਹੂੰ ਠੀਕ ਹੈ ਭਾਵੇਂ ਸੁਪਰੀਮ ਕੋਰਟ ਨੇ ਕਹਤਾ ਕਿ ਕਿਸਾਨਾਂ ਨੂੰ ਵੀ ਦੇ ਦਿਓ ਇੰਟਰਮ ਬੇਲ ਜਿਹੜੇ ਅੰਦਰ ਬੈਠੇ ਐ ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਮਤਲਬ ਇੱਕ ਉਹਦਾ ਬਹਾਨਾ ਹੈ ਹੂੰ ਹੂੰ ਦਿੱਤੀ ਤਾਂ ਇੰਟਰਮ ਵੀ ਉਹਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਕਹਿੰਦੇ ਦੀ ਅਸੀਂ ਹੁਣ ਮਰਦੇ ਕੀ ਨਾ ਕਰੀਏ ਕੀ ਨਾ ਕਰੀਏ ਸਾਨੂੰ ਕਹਿੰਦੇ ਫਿਰ ਇਹ ਸਾਰਾ ਕੁਛ ਇਹ ਰਾ ਅਡਾਪਟ ਕਰਨੇ ਪੈਣੇ ਜੇ ਗੱਲ ਨਾ ਸੁਣਨਗੇ ਤਾਂ ਫਿਰ ਅੱਗੇ ਉਹ ਕਰਨਾ ਪੂ ਸਾਰਾ ਕੁਝ ਜੀ ਔਰ ਉਹ ਜਿਹੜੀ ਅੱਗੇ ਵੀ ਆ ਗਈ ਹੈ ਜੀ ਅਗਲੀ ਉਹਨਾਂ ਨੇ ਸੂਜਕਤ ਕਿਸਾਨ ਮੋਰਚੇ ਨੇ ਜੀਨ ਜਿਹੜੀ ਰੈਲੀ ਆਪਣੀ ਤੁਹਾਡੀ ਉਹਨਾਂ ਦੀ ਮਹਾਪੰਚਾਇਤ ਹੋਈ ਹੈ ਹੂੰ ਹੂੰ ਬਹੁਤ ਵੱਡਾ ਕੱਟ ਹੋਇਆ ਉਹਦੇ ਵਿੱਚ ਹੂੰ ਹੂੰ ਉਹ ਮਹਾਪੰਚਾਇਤ ਦੇ ਵਿੱਚ ਉਸ ਦਾ ਜਿਹੜੀ ਪਬਲਿਸਿਟੀ ਇਸ ਕਰਕੇ ਨਹੀਂ ਹੋਈ ਕਿਉਂਕਿ 26 ਜਨਵਰੀ ਆ ਕਿਉਂਕਿ 26 ਜਨਵਰੀ ਵਾਲੇ ਦਿਨ ਇੱਕ ਤਾਂ ਛੁੱਟੀ ਹੁੰਦੀ ਐ ਅਖਬਾਰਾਂ ਦੀ ਛਪੀਆਂ ਦੂਜੀ ਗੱਲ ਵੀ ਗੋਦੀ ਮੀਡੀਆ ਨੇ ਤਾਨੂੰ ਚੱਕਣਾ ਹੀ ਨਹੀਂ ਸੀ ਇਲੈਕਟ੍ਰੋਨਿਕ ਮੀਡੀਆ ਨੇ ਬਿਲਕੁਲ ਠੀਕ ਐ ਉਹ ਤਾਂ ਦੱਸੋ ਤੁਸੀਂ ਹੋਰ ਦੱਸੋ ਜਦੋਂ ਆਹ ਤੁਹਾਡਾ ਕੀ ਕਹਿੰਦੇ ਐ ਕਰਨੀ ਸੀ ਨਾ ਕੇਰੀਵਾਲ ਨੇ ਆਹ ਤੁਹਾਡੀਆਂ ਕਲੀਨਿਕਾਂ ਹਵਾਲੇ ਹਾਂਜੀ ਕੇਰੀਵਾਲ ਨੇ ਟਾਈਮ 12:30 ਵਜੇ ਦਾ ਦੇਤਾ ਹੂੰ ਸਾਰਾ ਕੁਝ ਹੋ ਗਿਆ ਪਰ ਉਧਰ ਭੁੱਲੀ ਕੌਣ ਜਾਂਦਾ ਇਹ ਨਿਰੰਦਰ ਬੁੱਧੀ ਹੂੰ ਹੂੰ ਮੈਂ ਉੱਥੇ ਸਾਰੇ ਬੈਠੇ ਮੈਂ ਕਹਾ ਜਦੋਂ ਨਰਿੰਦਰ ਮੋਦੀ ਬੋਲਣੋਂ ਹਟ ਗਿਆ ਨਾ ਲਾਈਵ ਤੇ ਤੇ 2 ਮਿੰਟਾਂ ਚ ਇੱਕ ਏਰੀਵਲ ਬੋਲਣ ਲੱਗੇ ਹਾਂ ਹਾਂ ਤੇ ਉਹੀ ਗੱਲ ਹੋਇਆ ਤੇ ਆਪਦੇ ਪੇਜ ਤੇ ਉਹੀ 3 ਮਿੰਟਾਂ ਬਾਅਦ ਆ ਗਿਆ ਫਿਰ ਮਹੱਲਾ ਕਲੀਨ ਕਾਣਾ ਮਹੱਲਾ ਕਿਹਾ ਕਿਉਂ ਮੌਕੇ ਉਹ ਓਰੀ ਸੀ ਮਿਲਨੀ ਮਾਈ ਲੇ ਨਹੀਂ ਸੀ ਮਿਲਨੀ ਦੇਖੋ ਕਿੰਨੀ ਮੈਨਿਪੂਲੇਸ਼ਨ ਹਾਂ ਆ ਚੀਜ਼ਾਂ ਨਹੀਂ ਨਹੀਂ ਉਹ ਫਿਰ ਉਹੀ ਹੈ ਨਾ ਵੀ ਗੋਦੀ ਮੀਡੀਆ ਦੇ ਮੁਤਾਬਕ ਕਰਦੇ ਉਹ ਕਹਿੰਦੇ ਨਾ ਤਾਂ ਸਾਡੀ ਮੀਡੀਆ ਸੁਣਦਾ ਨਾ ਸਾਡੀ ਕੋਈ ਗੱਲ ਕਰਦਾ ਅਸੀਂ ਫਿਰ ਕਰੀਏ ਤੇ ਕਰੀਏ ਕੀ ਇਸ ਕਰਕੇ ਕਹਿੰਦੇ ਸਾਨੂੰ ਵੀ ਕੁਝ ਕਰਨਾ ਪੈਂਦਾ ਹੈ ਜੀ ਤੇ ਹੁਣ ਆਪਾਂ ਆ ਜੀ ਆ ਜਿਹੜ ਉੜੀ ਸੱਚ ਕੰਮ ਹੋਇਆ ਹੈ ਇਹ ਕਿਉਂ ਪਾਣਾ ਵਾਪਰੇ ਅੰਗ ਰੱਖਕ ਨੂੰ ਹੀ ਗੋਲੀ ਕਿਉਂ ਮਾਰਨੀ ਪੈਗੀ ਤਾਂਨੇ ਵਾਲੀ ਸਭ ਦੀ ਗੱਲ ਇਹ ਹੈ ਪਹਿਲੀ ਗੱਲ ਤਾਂ ਮੇਰਾ ਇਹ ਮੰਨਣਾ ਹੈ ਹਮਮ ਕਿ ਜਿਹੜੇ ਸਿਆਸਤਦਾਨ ਹੈ ਇਹ ਅੰਦਰ ਵੱਡੇ ਬੰਦਾਂ ਨੂੰ ਨੌਕਰੀ ਬਣਾਉਂਦੇ ਆ ਇਹ ਅੰਗ ਰੱਖਕਾਂ ਨੂੰ ਜਦੋਂ ਮਤਲਬ ਆਪ ਦੇ ਗੁਲਾਮ ਬਣਾ ਕੇ ਰੱਖਦੇ ਨੇ ਨੌਕਰ ਗੱਡੀ ਸਾਫ ਕਰੋ ਓਏ ਬਾਹਰ ਗੱਡੀ ਕਰੋ ਓਏ ਮੇਰਾ ਜਵਾਕ ਲਿਆ ਓਏ ਭਾਂਡੇ ਚੱਕ ਓਏ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਹਮਮ ਦੂਜੀ ਗੱਲ ਵੀ ਕਈ ਵਾਰੀ ਬੰਦਾ ਇਮੋਸ਼ਨਲ ਵੀ ਹੋ ਜਾਂਦਾ ਪਤਾ ਨਹੀਂ ਉਹ ਕਿਹੜੇ ਫਿਰਕੇ ਨਾਲ ਸੰਬੰਧ ਰੱਖਦਾ ਉਹਨਾਂ ਕੀ ਹੋਣਾ ਹੈ ਜੀ ਜੇ ਆਪਾਂ ਅੰਗ ਰੱਖ ਕਰਨ ਦੇ ਉੱਤੇ ਗੱਲ ਕਰੀਏ ਹੂੰ ਹੂੰ ਤਾਂ ਦੋ ਵੱਡੀਆਂ ਘਟਨਾਵਾਂ ਹੁੰਦੀਆਂ ਇੱਕ ਤਾਂ ਇੰਦਰਾ ਗਾਂਧੀ ਦਾ ਮਰਡਰ ਜੀ ਉਹ ਅੰਗ ਰੱਖ ਕਰਨੇ ਕੀਤਾ ਸੀ ਲੇਕਿਨ ਉਹ ਤੋਂ ਪਹਿਲਾਂ ਜਿਹੜੀ ਉਸ ਮਰਡਰ ਦੇ ਮਾਮਲੇ 'ਚ ਆਪਾਂ ਦੇਖੀ ਤਾਂ ਉਹਨ ਇਮੋਸ਼ਨਲੀ ਸਿੱਖ ਭਾਈਚਾਰੇ ਨੂੰ ਬਹੁਤ ਟੌਰਚਰ ਕੀਤਾ ਸੀ ਜੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਹੂੰ ਹੂੰ ਜਿਹੜੇ ਦੋ ਗਨਮੈਨ ਸੀ ਬੀਨ ਸਿੰਘ ਤੇ ਸਤਵੰਤ ਸਿੰਘ ਉਹ ਦੋਨੋਂ ਹੀ ਜੀ ਸਿੱਖ ਭਾਈਚਾਰੇ ਨਾਲ ਸੰਬੰਧ ਸੀ ਤੇ ਉਹਨਾਂ ਤੋਂ ਆਪਣੇ ਧਰਮ ਦਾ ਜਿਹੜਾ ਅੰਨਾਦਰ ਹੋਇਆ ਜੀ ਜੀ ਜਾਂ ਜਿਹੜਾ ਧਰਮ ਦੇ ਉੱਤੇ ਹਮਲਾ ਹੋਇਆ ਉਹ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਤਲ ਕਰਤਾ ਹੂੰ ਹੂੰ ਦੂਜੇ ਬੰਦੇ ਦਾ ਜੀ ਦਾ ਕਤਲ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਬੀਨ ਸਿੰਘ ਦਾ ਹੋਇਆ ਸੀ ਜੀ ਬੀਨ ਸਿੰਘ ਨੂੰ ਭਾਵੇਂ ਅੰਗ ਰਖਕ ਨਹੀਂ ਕਹਿ ਸਕਦੇ ਆਪਾਂ ਪੁਲਿਸ ਵਾਲੇ ਸੀ ਹੂੰ ਹੂੰ ਉਹ ਵੀ ਈਮੋਸ਼ਨਲ ਤੌਰ ਤੇ ਹੋਇਆ ਸੀ ਕੁਝ ਨੂੰ ਜੇ ਆਪਾਂ ਦੇਖੀਏ ਤਾਂ ਕੁਝ ਇਹੋ ਜਿਹੇ ਥਾਂ ਹੈਗੇ ਜਿੱਥੇ ਅੰਗ ਰਖਕਾਂ ਵੱਲੋਂ ਕਤਲ ਹੁੰਦੇ ਜੀ ਅ ਉਹ ਦੇ ਚੇ ਵੀ ਜਦੋਂ ਅੰਗ ਰੱਖ ਕਰਨੂ ਜਿਵੇਂ ਤੁਹਾਡੇ ਵਾਲੀ ਗੱਲ ਮੈਂ ਬਿਲਕੁਲ ਇਹਦੇ ਨਾਲ ਸਹਿਮਤ ਆ ਕਿ ਤੁਸੀਂ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖੂਗੇ ਨੌਕਰ ਬਣਾ ਕੇ ਰੱਖੂਗੇ ਉਹ ਕੁਛ ਹੁੰਦਾ ਹ ਹ ਪਰ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਲੰਬੇ ਸਮੇਂ ਲਈ ਉਹਨਾਂ ਨੂੰ ਨੌਕਰ ਬਣਾ ਕੇ ਰੱਖਦੇ ਹੋ ਤੇ ਫਿਰ ਤੁਸੀਂ ਉਹਨਾਂ ਬੰਦਿਆਂ ਦੀਆਂ ਬਦਲੀਆਂ ਨਹੀਂ ਹੁਣਦੇ ਨਹੀਂ ਹੁੰਦੇ ਤੁਸੀਂ ਇਹ ਵੀ ਗੱਲ ਸਹਣੇ ਨਹੀਂ ਹੁੰਨ ਦਿੰਦੇ ਕਹਿ ਕਹਿ ਸਾਲ ਹੋ ਗਏ ਜਿਹੜੇ ਗਨਮੈਨ ਜਿਨ੍ਹਾਂ ਦੇ ਨਾਲ ਤੁਰੇ ਹੁੰਦੇ ਉਵੇਂ ਹੀ ਉਹਨਾਂ ਦੀਆਂ ਸਭ ਕਮੀਆਂ ਪੇਸ਼ੀਆਂ ਕਮਜ਼ੋਰੀਆਂ ਨੋਟ ਕਰ ਲੈਂਦੇ ਹ ਹ ਅੱਛਾ ਜਦੋਂ ਕਿਤੇ ਕੋਈ ਜਦੋਂ ਉਹਨਾਂ ਨੂੰ ਪਹਿਲਾਂ ਤਾਂ ਰਿਲੀਫ ਦਿੰਦੇ ਆ ਪੂਰੀ ਜੀ ਜੋ ਮਰਜ਼ੀ ਕਰ ਲੋ ਅਸੀਂ ਅੰਗਰੱਖਕ ਕੋ ਨੂੰ ਵੈਸੇ ਪੁਲਿਸ ਦੇ ਵਿੱਚ ਮੁਲਾਜ਼ਮ ਬਹੁਤ ਵਧੀਆ ਬੰਦੇ ਆ ਬੜਾ ਵਧੀਆ ਕੰਮ ਕਰਦੇ ਆ ਲੇਕਿਨ ਆਪਾਂ ਬਹੁਤ ਵਾਰੀ ਇਹ ਦੇਖਿਆ ਜੀ ਕਿ ਅੰਗਰੱਖਕ ਫਿਰ ਆਪਣੀਆਂ ਵੀ ਚਲਾਉਣ ਲੱਗ ਜਾਂਦੇ ਆ ਉਹ ਵੀ ਚਲਾਉਂਦੇ ਆ ਥਾਣੇਦਾਰ ਬਣ ਜਾਂਦੇ ਪੂਰੇ ਥਾਣੇਦਾਰ ਕਿਹੜੇ ਬਣਦੇ ਜੀ ਉਹਦੇ ਤੇ ਵੀ ਤੁਸੀਂ ਕਿਸੇ ਪਾਰਟੀ ਦੇ ਮੈਂਬਰ ਹੋ ਜਾਂ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਨੇ ਦਰੀਆਂ ਪਛਾਈਆਂ ਜਿਨ੍ਹਾਂ ਨੇ ਕੰਮ ਕੀਤਾ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਬਣਾਉਣ ਦੇ ਵਿੱਚ ਤਾਂ ਯੋਗਦਾਨ ਉਹਨਾਂ ਦਾ ਹੀ ਹੂੰ ਹੂੰ ਲੇਕਿਨ ਅੱਜ ਆਪਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨੇੜੇ ਬੰਦੇ ਅਬੇ ਵੇਖ ਲਓ ਉਹੀ ਬੰਦੇ ਪੁਰਾਣੇ ਪੇਸੇ ਉਹੀ ਉਹੀ ਪੁਰਾਣੇ ਬੰਦੇ ਜਿਹੜੇ ਕਾਲੀਆਂ ਕਾਂਗਰਸੀਆਂ ਨਾਲ ਹੁੰਦੇ ਸੀ ਉਹ ਨੇ ਨਾਲੇ ਵੱਡੀਆਂ ਗੱਡੀਆਂ ਵੱਡੇ ਸਾਰੇ ਸਾਬਕਾ ਸਾਬ ਉਹਦੇ ਮੁਤਾਬਕ ਹੋਗੇ ਜੀ ਜਦੋਂ ਵਰਕਰ ਜਾਊਗਾ ਉਹ ਚਾਹੇ ਐਮਐਲਏ ਕੋਲੇ ਜਾਂਦਾ ਚਾਹੇ ਵਜ਼ੀਰ ਕੋਲੇ ਜਾਂਦਾ ਹੂੰ ਹੂੰ ਜੇ ਤਾਂ ਵੱਡਾ ਬੰਦਾ ਆਊਗਾ ਤਾਂ ਉਹ ਤਾਂ ਜਦੋਂ ਉਹਨੇ ਆਉਣਾ ਪੜਨਾ ਤੇ ਅੱਗੇ ਰੱਖ ਕੇ ਨਹੀਂ ਮਾਰਨਾ ਸਲੂਟ ਤੇ ਨਾਲ ਦੀ ਨਾਲ ਦੀ ਜੇਬ ਚੋਂ ਹੱਥ ਪਾਉਂਦਾ ਪੈਂਟ ਦੀ ਜਿੱਥੇ ਕਿਸ਼ਨ ਕੋ ਦਾ ਹੱਥ ਚ ਪੜਾ ਦਿੰਦਾ ਜਿਹੜਾ ਵਰਕਰ ਆਉਂਦਾ ਯਾਰ ਮੈਂ ਤਾਂ ਕੰਮ ਕੀਤਾ ਤਾਂ ਜੀ ਉਹਦੇ ਕੋਲ ਤਾਂ ਦੇਨ ਨੂੰ ਕੁਛ ਹੈ ਨਹੀਂਗਾ ਹੂੰ ਹੂੰ ਤੇ ਉਹਨੂੰ ਫਿਰ ਉਹ ਅੰਗ ਰੱਖ ਕੇ ਵੀ ਖਾੜੇ ਤੇ ਸਾਬਤ ਜੇ ਨਾ ਹੋਏ ਸਾਬਤ ਜੇ ਤਿਆਰ ਨਹੀਂ ਹੋਏ ਉਹ ਫਿਰ ਜਿਹੜੇ ਉਹਨਾਂ ਸਾਥੀ ਸਾਹ ਬਣ ਜਾਂਦੇ ਹੂੰ 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 ਉਹਦਾ 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 ਕਰਕੇ ਜਦੋਂ ਫਿਰ ਪਤਾ ਲੱਗਦਾ ਕਿਸੇ ਨੂੰ ਵੀ ਯਾਰੇ ਤਾਂ ਗਲਤ ਹੋ ਗਿਆ ਹੂੰ ਹੂੰ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹ ਉੱਤੇ ਜਿੱਤ ਹੁੰਦਾ ਫਿਰ ਉਹ ਖਰਾਬ ਕਰਦਾ ਜੀ ਇਹਦੇ ਵਿੱਚ ਵੀ ਹੁਣ ਆਪਾਂ ਦੇਖੀਏ ਕਿ ਜਿਹੜਾ ਇਹ ਉੜੀਸਾ ਦਾ ਸਿਹਤ ਮੰਤਰੀ ਹੈ ਹੂੰ ਹੂੰ ਇਹ ਨੂੰ ਕਹ ਦੱਸਦੇ ਅਭੀ ਕੋਈ ਨਾ ਕੋਈ ਡੇਂਜਰ ਸੀਗਾ ਅੱਛਾ ਕਿਉਂਕਿ ਪਹਿਲਾਂ ਵੀ ਇਹਦੇ ਨਾਲ ਜਿਹੜੇ ਬੰਦੇ ਚੱਲਦੇ ਰਹੇ ਐ ਹਮਮ ਆਮ ਤੌਰ ਤੇ ਜਿਹਨੀਆਂ ਸਿਕਿਉਰਿਟੀ ਸੀਦੇ ਬਾਹਰ ਨਿਕਲਦਾ ਸੀ ਉਹਦੇ ਨਾਲ ਸਕੋਰਟ ਆ ਵਗੈਰਾ ਚੱਲਦੀਆਂ ਸੀ ਪੰਜਾਬ ਚਾ ਚੱਲਦੀਆਂ ਰਹਿੰਦੀਆਂ ਸੀ ਜੀ ਜੀ ਹਾਂ ਚੱਲਦੀਆਂ ਲੇਕਿਨ ਬਾਹਰ ਨਹੀਂ ਸੀ ਚੱਲਦੀਆਂ ਉਹਦੇ ਨਾਲ ਚੱਲਦੀਆਂ ਸੀ ਔਰ ਇਹਦਾ ਜਿਹੜਾ ਹੈਗਾ ਜੀ ਨਾਮ ਹੈਗਾ ਨਬਕਿਸ਼ੋਰ ਦਾਸ ਜੀ ਨਬ ਵੀ ਕਹਿੰਦੇ ਨੂੰ ਆਮ ਤੌਰ ਤੇ ਨਬ ਕਹਿੰਦੀ ਹੈ ਹਮਮ ਜਿਸੇ ਇਹ ਸੈਨੀਆਂ ਨੂੰ ਗੋਲੀਆਂ ਮਾਰੀਆਂ ਉਹਦਾ ਨਾਮ ਹੈਗਾ ਗੋਪਾਲ ਦਾਸ ਅੱਛਾ ਜੀ ਔਰ ਇਹ ਜਿਹੜੀ ਹੈਗੇ ਕਿਸੇ ਸਮਾਗਮ ਦੇ ਵਿੱਚ ਗਿਆ ਸੀ ਤੇ ਉੱਥੇ ਉਹਨਾਂ ਹੀ ਗੋਲੀਆਂ ਮਾਰ ਕੇ ਤੇ ਇਨੂੰ ਜ਼ਖਮੀ ਕਰਤਾ ਹੂੰ ਹੂੰ ਜ਼ਖਮੀ ਕਰਨ ਤੋਂ ਬਾਅਦ ਜਿਹਦੇ ਨੂੰ ਹਸਪਤਾਲ ਦੇ ਵਿੱਚ ਲਾਇਆ ਗਏ ਤੇ ਹਸਪਤਾਲ ਚ ਭਾਵੇਂ ਚੀਫ ਮਿਨਿਸਟਰ ਵੀ ਗਏ ਮੌਕੇ ਤੇ ਜੀ ਪਰ ਗੋਲੀ ਕਿਸੇ ਕੁਸੂਤੀ ਥਾਂ ਵੱਜੀ ਵੀ ਸੀ ਹੂੰ ਹੂੰ ਬੱਚੇ ਨੂੰ ਥਾਣੀ ਸੂਤੀ ਮੌਤ ਹੋ ਗਈ ਇੱਕ ਤਾਂ ਇਹ ਗੱਲ ਹੋ ਗਈ ਕਿ ਜਿਹੜੇ ਗਨਮੈਨ ਜਿਹੜੇ ਹੈ ਨਾ ਗਨਮੈਨਾਂ ਦੀ ਟਿਨਯੂਰ ਚਾਹੀਦੀ ਹੈ ਜੀ ਬਹੁਤ ਸਾਰੇ ਪੁਲਿਸ ਅਫਸਰ ਦੇਖ ਲਓ ਤੁਸੀਂ ਜਿਵੇਂ ਤੁਰੇ ਆਉਂਦੇ ਉਹਨਾਂ ਦੇ ਨਾਲ ਉਹੀ ਤੁਰੇ ਆਉਂਦੇ ਉਹੀ ਤੁਰੇ ਆਉਂਦੇ ਮੈਂ ਵੇਖਿਆ ਬੁੜੇ ਹੋਗੇ ਆਪਣੇ ਬਾਦਲਾਂ ਨਾਲ ਹੀ ਦੇਖ ਲਓ ਕਿਵੇਂ ਹੁੱਜਾ ਮਾਰਦੇ ਤੇ ਘਰ ਦੇ ਵਾਂਗੂ ਉਹਵੇਂ ਐ ਕਾਬੂ ਕਰਤਾ ਵੀ ਕਿਹਨੂੰ ਮਲਾਉਣਾ ਕਿਹਨੂੰ ਨਹੀਂ ਮਲਾਉਣਾ ਵੱਡੇ ਵੱਡੇ ਲੀਡਰ ਗਨਮੈਨਾਂ ਨੂੰ ਦਿਵਾਲੀਆਂ ਦੇ ਕੇ ਆਉਂਦੇ ਆ ਦਿਵਾਲੀਆਂ ਕੀ ਦੇ ਕੇ ਆਉਂਦੇ ਸਾਰਾ ਖੁਸ਼ੀ ਕਰਦੇ ਵੱਡੇ ਵੱਡੇ ਅਫਸਰ ਦੇ ਕੇ ਆਉਂਦੇ ਉਹੀ ਮੈਂ ਕਹੀ ਜਾਂਦਾ ਨਰਿੰਜਨ ਨਰਿੰਜਨ ਡਰਾਈਵਰ ਹੁੰਦਾ ਸੀ ਪੁਲਿਸ ਪੁਲਿਸ ਵਾਲਾ ਨਹੀਂ ਸੀ ਐਸਐਸਪੀ ਉਹਨੂੰ ਮਤਲਬ ਜਿਹੜੇ ਹੈਗੇ ਹੈ ਤਿੱਥੇ ਥਿਆਰ ਦੇ ਉੱਤੇ ਬਿਸਕੁਟੀਆਂ ਪੇਟ ਦੀ ਵਿਸ਼ਵਾਸ ਕਰਦੇ ਸੀ ਚਲੋ ਉਹਦਾ ਡਰਾਈਵਰ ਸੀਗਾ ਪਰ ਜਿਹੜੇ ਗਨਮੈਨੇ ਗਨਮੈਨੇ ਦੀ ਟਿਨਰ ਤਿੰਨ ਕਿ ਮਹੀਨੇ ਤੋਂ ਵੱਧ ਨਹੀਂ ਚਾਹੀਦੀ ਜੀ ਜੀ ਇਹ ਇਹਨਾਂ ਨੂੰ ਮਤਲਬ ਬਦਲ ਦੇਣਾ ਚਾਹੀਦਾ ਹੁਣ ਪਰ ਨਾਲ ਕੇ ਵੀ ਵੇਖਣਾ ਪੈਣਾ ਆਪਾਂ ਨੂੰ ਕਿ ਲੋਕਾਂ ਨੂੰ ਹੋਇਆ ਕੀ ਹੈ ਗੁੱਸਾ ਕਿੰਨਾ ਆ ਗਿਆ ਕੱਲ ਇੱਕ ਹੋਰ ਘਟਨਾ ਹੁੰਦੀ ਹੈ ਅੱਛਾ ਜੀ ਫਰੂਜ਼ਪੁਰ ਦੇ ਵਿੱਚ ਇੱਕ ਸਿਪਾਹੀ ਹੈ ਹੂੰ ਉਹਨੇ ਉਹਨੇ ਕੁੜੀ ਹੈ ਜਿਹੜੀ ਮਾਰਤੀ ਗਨ ਆਪ ਦੇ ਪਤਾ ਨਹੀਂ ਕਿ ਆਪ ਵੀ ਮਰ ਗਿਆ ਜਾ ਆਪ ਵੀ ਮਰ ਗਿਆ ਨਹੀਂ ਉਹ ਮੈਨੂੰ ਪਤਾ ਲੱਗਿਆ ਕੁੜੀ ਦੀ ਭਤੀਜੀ ਵੀ ਉਹਦੇ ਨਾਲ ਸੀ अच्छा ਜਦੋਂ ਸਕੂਟੀ ਤੇ ਰਾਤ ਨੂੰ ਆ ਰਹੀਆਂ ਸੀ ਦੋਨੋਂ ਜਾਣੀਆਂ ਤੇ ਇਹਦੇ ਕੋਲੇ ਆਪਦੀ ਗੱਡੀ ਸੀ ਨੇ ਪਹਿਲਾਂ ਉਹਨੂੰ ਗੱਡੀ ਮਾਰ ਕੇ ਸੁੱਟਿਆ ਹੂੰ ਹੂੰ ਸੁੱਟਣ ਤੋਂ ਬਾਅਦ ਫਿਰ ਉਹਨੇ ਆਪਣੇ ਵੈਪਨ ਸਵੈਪ ਚ ਸੀ ਉਹ ਮੁੰਡਾ ਸਵੈਪ ਬੈਕ ਕੀ ਹੁੰਦੀ ਹੈ ਜਿਹੜੀ ਇਹਨਾਂ ਦੀ ਕਮਾਂਡ ਹਾਂਜੀ ਸਵਾਦ ਹਾਂ ਸਵਾਦ ਸਵਾਦ ਦੇ ਵਿੱਚ ਸੀ ਫਿਰ ਉਹਨੇ ਆਪਦੀ ਜਿਹੜੇ ਵੈਪਨ ਕੱਢਿਆ ਤੇ ਉਹਨੂੰ ਗੋਲੀਆਂ ਮਾਰਤੀ ਹੂੰ ਹੂੰ ਭਤੀਜੀ ਜਿਹੜੀ ਆ ਪਾਸੇ ਭੱਜ ਗਈ ਹੁਣ ਉਹ ਭਤੀਜੀ ਇਹ ਗੱਲ ਕਹਿੰਦੀ ਹੈ ਕਿ ਇਹ ਪੂਆ ਨੂੰ ਐ ਪ੍ਰੈਸ਼ਰਾਈਜ਼ ਕਰਦਾ ਸੀ ਕਿ ਮੇਰੇ ਨਾਲ ਵਿਆਹ ਕਰਾ ਅੱਛਾ ਪਹਿਲਾਂ ਵੀ ਜਾ ਕੇ ਆਪ ਵੀ ਉਹ ਮੈਰਿਡ ਸੀ ਅੱਛਾ ਔਰ ਉਹ ਕੁੜੀ ਜਿਹੜੀ ਹੈਗੀ ਐ ਉਹ ਵੀ ਡਾਈਵੋਰਸੀ ਸੀ ਅੱਛਾ ਜੀ ਇਹਦਾ ਮਤਲਬ ਉਹ ਕਿਤਨਾ ਕਿਤੇ ਕੁਛ ਨਾ ਕੁਛ ਇਨਵੋਲਵਮੈਂਟ ਹੋਈ ਹੋਣੀ ਐ ਐਵੇਂ ਤਾਂ ਕੋਈ ਧੱਕੇ ਨਾਲ ਤੁਰ ਜਾਂਦੀ ਨੂੰ ਤਾਂ ਕਹਿੰਦਾ ਨਹੀਂ ਹਾਂ ਉਹਦੇ ਉਹਦੇ ਜਿਹੜੇ ਮੈਂ ਟੀਵੀ ਚੈਨਲ ਤੇ ਦੇਖ ਰਿਆ ਸੀ ਕਿ ਉਹਦੇ ਫਾਦਰ ਨੂੰ ਵੀ ਮੁੰਡੇ ਦੇ ਨੂੰ ਪੁੱਛਿਆ ਵੀ ਤੁਹਾਨੂੰ ਕਿਸੇ ਗੱਲ ਦਾ ਉਹ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਤੁਸੀਂ ਵੀ ਇਹ ਨਹੀਂ ਪਤਾ ਲੱਗਦਾ ਸਾਨੂੰ ਕਿਸੇ ਨੇ ਦੱਸੇ ਦੀ ਕੋਈ ਐਸੀ ਬੀਸੀ ਗੱਲ ਐ ਇਹ ਹੁਣ ਕਈ ਵਾਰੀ ਸਬੰਧ ਬਣ ਜਾਂਦੇ ਫਿਰ ਸਬੰਧਾਂ ਦੇ ਵਿੱਚ ਜਦੋਂ ਕੁੜਸਤਨ ਪੈਦਾ ਹੁੰਦੀ ਹੈ ਉਹ ਆਪ ਵੀ ਮਰ ਜਾਂਦੇ ਕੁੜੀ ਵੀ ਮਾਰਦੇ ਕੁੜੀ ਮਾਰਦੇ ਇਸ ਕਰਕੇ ਜਿਹੜੀ ਅਨੇਕਤਾ ਹੈ ਲੋਕਾਂ ਤੋਂ ਹੁਣ ਬਰਦਾਸ਼ਤ ਨਹੀਂ ਹੁੰਦਾ ਹੂੰ ਹੂੰ ਜਿਹੜੀ ਜਿਹੜੀ ਸਾਰੇ ਪਾਸੇ ਦੇਖੋ ਤੁਸੀਂ ਵੀ ਇਸ ਵੇਲੇ ਮੌਤ ਤਾਂ ਕਾਹ ਮੀ ਲੱਗਦੀ ਹੈ ਹੂੰ ਹੂੰ ਮੌਤ ਤਾਂ ਖੇਡ ਬਣ ਗਈ ਖੇਡ ਖੇਡ ਬਣ ਗਈ ਇਹਨੂੰ ਮਾਰ ਦਿਓ ਮਰ ਜਾਓ ਇਹਨੂੰ ਮਾਰ ਦਿਓ ਮਰ ਜਾਓ ਮਰ ਜਾਓ ਇਸ ਕਿਸਮ ਦੀ ਗੱਲ ਬਣੀ ਵੀ ਹੈ ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਬਹੁਤ ਮਾੜਾ ਹੋ ਰਿਹਾ ਹੈ ਇਹਨੂੰ ਕੰਟਰੋਲ ਕਰਨ ਦੀ ਲੋੜ ਹੈ ਹੂੰ ਸੋ ਇਹ ਤੁਹਾਨੂੰ ਗੱਲਬਾਤ ਕਿਸ ਤਰ੍ਹਾਂ ਲੱਗੀ ਜੀ ਸਾਨੂੰ ਵਿਚਾਰ ਜ਼ਰੂਰ ਦੇਣਾ ਸੋ ਸ਼ੁਕਰੀਆ ਘਟਲ ਸਭ ਫਿਲਹਾਲ ਇੱਕ ਬ੍ਰੇਕ ਲੈਨੇ ਤੇ ਬ੍ਰੇਕ ਤੋਂ ਬਾਅਦ ਫੇਰ ਮਿਲਦੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ